ਪੰਜਾਬੀ ਰੇਡੀਓ ਯੂਐਸ ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਐਨ ਨੂੰ ਆਖਦੇ ਹਾਂ ਸਰੋਤਿਓ ਪ੍ਰੋਗਰਾਮ ਅਪਡੇਟ ਅਮੈਰੀਕਾ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਦੇ ਵਿੱਚ ਗੱਲਾਂਬਾਤਾਂ ਕਰਾਂਗੇ ਕੀ ਕੁਛ ਚੱਲ ਰਿਹਾ ਹੈ ਅਮਰੀਕਾ ਭਰ ਦੇ ਵਿੱਚ, ਕੀ ਕੁਛ ਚੱਲ ਰਿਹਾ ਵਿਸ਼ਵ ਦੇ ਵਿੱਚ, ਉਸ ਦੇ ਬਾਰੇ ਜਿਹੜੀਆਂ ਤੁਹਾਨੂੰ ਜਾਣਕਾਰੀਆਂ ਦੇਵਾਂਗੇ। ਪ੍ਰੋਗਰਾਮ ਦੇ ਵਿੱਚ ਮੇਰਾ ਸਾਥ ਨਿਭਾਉਣਗੇ ਪ੍ਰੋਗਰਾਮ ਦੇ ਵਿੱਚ ਹਰਜੋਤ ਸਿੰਘ ਜੀ। ਹਰਜੋਤ ਸਿੰਘ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਯੂ ਐਸ ਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਏ ਐਮ ਸਟੇਸ਼ਨ 1450 ਏ ਐਮ ਜੁੱਬਾ ਸਿਟੀ, 96.5 ਐਫ ਐਮ ਜੁੱਬਾ ਸਿਟੀ, ਇਸੇ ਤਰ੍ਹਾਂ 1470 ਏ ਐਮ ਸੈਕਰਾਮੈਂਟੋ, 1300 ਏ ਐਮ ਫਰਿਜ਼ਨੋ, 1350 ਏ ਐਮ ਬੇਕਰਸਫੀਲਡ, ਅਤੇ ਨਾਲ ਦੀ ਨਾਲ ਸਾਈਡ ਵੈਂਡ ਵਾਲੇ ਰੇਡੀਓ ਸਟੇਸ਼ਨ ਜਿਹੜੇ ਘਰਾਂ ਦੇ ਵਿੱਚ ਰੇਡੀਓ ਸੈੱਟਸ 'ਤੇ ਸੁਣ ਰਹੇ ਹੋ, ਸੈਨੋਜ਼ੇ, ਬਰਕਲੇ, ਸਟੋਕਟਨ, ਮਡੈਸਟੋ, ਟਰੇਸੀ, ਮਰਸਡ, ਟੈਲੀਫੋਨ ਦੇ ਉੱਤੇ ਸੁਣ ਰਹੇ ਹੋ, ਆਈਫੋਨ ਅਤੇ ਐਂਡਰਾਇਡ ਦੀ ਐਪਸ ਦੇ ਰਾਹੀਂ ਸੁਣ ਰਹੇ ਹੋ ਪੂਰੀ ਦੁਨੀਆ ਦੇ ਵਿੱਚ, ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਜੁਲਾਈ ਦੀ 10 ਤਰੀਕ ਆ ਅਤੇ ਦਿਨ ਜਿਹੜਾ ਹੈਗਾ ਉਹ ਮੰਗਲਵਾਰ ਆ ਜੀ। ਅਤੇ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਜਿਹੜੇ ਸਹਿਯੋਗੀ ਆ ਜਿਨ੍ਹਾਂ ਨੇ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਪੰਜਾਬੀ ਰੇਡੀਓ ਯੂ ਐਸ ਏ ਦਾ ਸਹਿਯੋਗ ਦਿੱਤਾ ਆ ਉਹਨਾਂ ਦਾ ਅਸੀਂ ਧੰਨਵਾਦ ਕਰਨਾ ਚਾਹੁੰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ, ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮੌਂਟ, ਨਰਜੀਤ ਸਿੰਘ, ਕੁਲਵੰਤ ਕੌਰ ਪੱਡਾ ਰੋਜ਼ਵਿਲ, ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ, ਬਿੰਦਰ ਧਾਲੀਵਾਲ ਬੇਕਰਸਫੀਲਡ, ਜਰਨੈਲ ਸਿੰਘ ਜੌਹਲ ਲਿਨਵੁੱਡ, ਗੁਰਚਰਨ ਸਿੰਘ ਬੇਕਰਸਫੀਲਡ, ਸਟੋਨ ਕ੍ਰੀਕ ਪਾਰਕ ਬੇਕਰਸਫੀਲਡ ਵਾਲੇ ਸਾਰੇ ਹੀ ਬਜ਼ੁਰਗ, ਦਰਸ਼ਨ ਸਿੰਘ ਸੇਖੋਂ ਬੇਕਰਸਫੀਲਡ, ਬੀਸਲਾ ਪਰਿਵਾਰ ਫਰੈਜ਼ਡੋ, ਅਮਰਜੀਤ ਸਿੰਘ ਸਟੋਕਟਨ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ ਜੀ। ਅਤੇ ਰਾਜਕਰਨਵੀਰ ਸਿੰਘ ਜੀ, ਸਭ ਤੋਂ ਪਹਿਲੀ ਖਬਰ ਵੱਲ ਚੱਲੀਏ ਵੀ ਬਹੁਤ ਵਧੀਆ ਹੋਇਆ ਜਿਹੜੇ ਪਿਛਲੇ ਲਗਭਗ ਕਾਫੀ ਦਿਨਾਂ ਤੋਂ ਜਿਹੜੇ ਹੈਗੇ ਆ ਕਹਿੰਦੇ 18 ਦਿਨਾਂ ਤੋਂ ਰੈਸਕਿਊ ਮਿਸ਼ਨ ਚੱਲ ਰਿਹਾ ਸੀ। 12 ਦੇ ਕਰੀਬ ਜਿਹੜੇ ਬੱਚੇ ਅਤੇ ਉਹਨਾਂ ਦਾ ਜਿਹੜਾ ਕੋਚ ਸੀਗਾ ਉਹ ਥਾਈਲੈਂਡ ਦੀਆਂ ਜਿਹੜੀਆਂ ਗੁਫਾਵਾਂ ਆ ਉਹਨਾਂ ਦੇ ਵਿੱਚ ਫਸੇ ਹੋਏ ਸੀ। ਸੋ ਆਖਰੀ ਜਿਹੜਾ ਪੂਲ ਹੈਗਾ ਬੱਚਿਆਂ ਦਾ ਉਹ ਕੱਢ ਲਿਆ ਗਿਆ। ਸੋ ਸਾਰੇ 12 ਦੇ 12 ਬੱਚੇ ਅਤੇ ਉਹਨਾਂ ਦਾ ਕੋਚ ਜਿਹੜਾ ਆ ਉਹ ਡਾਈਵਰਸ ਨੇ ਅੱਜ ਕੱਢ ਲਏ ਹੈਗੇ ਆ। ਅਤੇ ਪੂਰਾ ਇੰਟਰਨੈਸ਼ਨਲ ਲੈਵਲ ਦੇ ਉੱਤੇ ਇਹ ਰੈਸਕਿਊ ਓਪਰੇਸ਼ਨ ਸੀ ਜਿਹਦੇ ਵਿੱਚ 92 ਤੋਂ ਵੱਧ ਜਿਹੜੇ ਡਾਈਵਰਸ ਆ ਉਹਨਾਂ ਨੇ ਹਿੱਸਾ ਲਿਆ। 50 ਦੇ ਕਰੀਬ ਥਾਈਲੈਂਡ ਦੇ ਸੀ, ਬਾਕੀ 40 ਦੇ ਕਰੀਬ ਬਾਹਰਲੇ ਇੰਟਰਨੈਸ਼ਨਲ ਮੁਲਕ ਜਿਹੜੇ ਹੈਗੇ ਇੰਟਰਨੈਸ਼ਨਲ ਦੁਨੀਆ ਦੇ ਜਿਹੜੇ ਡਾਈਵਰ ਸੀ ਉਹ ਸੀ। ਅਤੇ ਕਹਿੰਦੇ ਵੀ ਇੰਨਾ ਜਿਹੜਾ ਖਤਰਨਾਕ ਓਪਰੇਸ਼ਨ ਸੀ, ਦੋ ਦੋ ਡਾਈਵਰ ਇੱਕ ਇੱਕ ਬੱਚੇ ਨੂੰ ਜਿਹੜੇ ਆ ਉਹ ਬਾਹਰ ਲੈ ਕੇ ਆਏ। ਬਿਲਕੁਲ, ਇਹ ਖਤਰਨਾਕ ਜਿੱਦਾਂ ਤੁਸੀਂ ਦੱਸਿਆ ਸੀਗਾ। ਚਲੋ ਬਹੁਤ ਰੱਬ ਦਾ ਸ਼ੁਕਰ ਆ, ਲੋਕਾਂ ਦੀਆਂ ਅਰਦਾਸਾਂ ਜਿਨ੍ਹਾਂ ਨੇ ਸਾਰੀ ਜਗ੍ਹਾ 'ਤੇ ਕੀਤੀਆਂ ਉਹ ਸੁਣੀਆਂ ਗਈਆਂ, ਅਤੇ 13 ਦੇ 13 ਜਾਣਿਆਂ ਆ ਉਹਨਾਂ ਨੂੰ ਸੁਰੱਖਿਅਤ ਜਿਹੜਾ ਉੱਥੋਂ ਕੱਢ ਲਿਆ ਗਿਆ। ਪਰ ਇੱਕ ਇਸ ਨੂੰ ਬਚਾਉਣ ਦੇ ਵਿੱਚ ਇੱਕ ਜਿਹੜਾ ਡਾਈਵਰ ਆ ਉਸ ਦੀ ਜਾਨ ਜਿਹੜੀ ਉਹ ਜ਼ਰੂਰ ਚਲੇ ਗਈ ਸੀਗੀ। ਜਿਹੜਾ ਥਾਈਲੈਂਡ ਦਾ ਹੀ ਜਿਹੜਾ ਇੱਕ ਨੇਵੀ ਸੀਲ ਸੀਗਾ ਉਹ ਵੀ ਬੜੀ ਯੰਗ ਉਮਰ ਦਾ ਹੀ ਸੀਗਾ, ਅਤੇ ਉਹਦੀ ਆਕਸੀਜਨ ਜਿਹੜੀ ਆ ਉਹ ਵਾਪਸ ਆਉਂਦਿਆਂ ਦੀ ਕਹਿੰਦੇ ਘੱਟ ਗਈ ਸੀ ਅਤੇ ਆਕਸੀਜਨ ਨਾ ਮਿਲਣ ਕਰਕੇ ਉਸ ਦੀ ਮੌਤ ਹੋ ਗਈ ਸੀ। ਪਰ ਸਾਰੇ ਪਾਸੇ ਜਿਹੜੀ ਆ ਇਹ ਇਸ ਦੀ ਜਿਹੜੀ ਖੁਸ਼ੀ ਆ ਇਸ ਟਾਈਮ ਮਨਾਈ ਜਾ ਰਹੀ ਆ ਵੀ ਇਹ ਸਾਰੇ ਜਾਣੇ ਬਚਾਏ ਗਏ ਆ। ਜਿੱਦਾਂ ਹਰਜੋਤ ਸਿੰਘ ਜੀ ਨੇ ਦੱਸਿਆ, ਪਹਿਲਾਂ ਦੇਖੋ ਡਾਈਵਰਸ ਨੇ ਰੱਸੀ ਪਾਈ ਸੀਗੀ ਪੂਰੀ ਕੇਵ ਦੇ ਵਿੱਚ ਜਿਹਦੇ ਥਰੂ ਉਹਨਾਂ ਨੇ ਜਾਣਾ ਸੀਗਾ। ਫਿਰ ਇੱਕ ਇੱਕ ਜਿੱਦਾਂ ਦੱਸਿਆ ਵੀ ਜਿਹੜਾ ਪੀੜਤ ਸੀਗਾ ਜਿਹੜਾ ਉਹ ਉੱਥੇ ਫਸਿਆ ਹੋਇਆ ਸੀਗਾ, ਤਾਂ ਉਸ ਨੂੰ ਦੋ ਦੋ ਡਾਈਵਰਸ ਜਿਹੜੇ ਆ ਅੱਗੇ ਪਿੱਛੇ ਜਿਹੜੇ ਆ ਉਹ ਬੰਨੇ ਸੀ। ਮੋਹਰੇ ਡਾਈਵਰ ਜਾ ਰਿਹਾ ਸੀਗਾ ਅਤੇ ਕਹਿੰਦੇ ਉਹਦੇ ਲੱਕ ਨਾਲ ਰੱਸੀ ਬੰਨ੍ਹ ਕੇ ਦੂਜੇ ਜਿਹੜਾ ਪਿੱਛੇ ਬੱਚੇ ਸੀ ਉਹਦੇ ਨਾਲ ਬੰਨਦੇ ਸੀਗੇ। ਫਿਰ ਨਾਲ ਹੀ ਮਗਰੇ ਹੀ ਇੱਕ ਹੋਰ ਜਿਹੜਾ ਡਾਈਵਰ ਨਾਲ ਜਿਹੜਾ ਆ ਉਹ ਜਾ ਰਿਹਾ ਸੀਗਾ, ਕਿਉਂਕਿ ਗੱਲ ਇਹ ਆ ਨਾ ਹਰਜੋਤ ਸਿੰਘ ਜੀ ਵੀ ਇੱਕ ਤਾਂ ਉੱਥੇ ਮੱਡੀ ਪਾਣੀ ਸੀਗਾ, ਦਿਖਦਾ ਕੁਛ ਨਹੀਂ ਸੀਗਾ, ਪਾਣੀ ਕਿਹੜਾ ਉੱਥੇ ਸਾਫ਼ ਸੀਗਾ, ਟਰਾਂਸਪੇਰੈਂਟ ਨਹੀਂ ਸੀਗਾ, ਸੋ ਦਿਖਦਾ ਕੁਛ ਨਹੀਂ ਸੀਗਾ। ਅਤੇ ਆਕਸੀਜਨ ਵੀ ਇਸ ਹਿਸਾਬ ਦੇ ਨਾਲ ਸੀਗੀ ਵੀ ਆਕਸੀਜਨ ਦਾ ਸਿਲੰਡਰ ਅਗਲੇ ਡਾਈਵਰ ਨੇ ਫੜਿਆ ਸੀ, ਉਹਦਾ ਆਪਣਾ ਸਿਲੰਡਰ ਉਹਦੇ ਮੋਢਿਆਂ ਦੇ ਉੱਤੇ ਸੀਗਾ। ਸੋ ਕਾਫ਼ੀ ਜਿਹੜਾ ਮੁਸ਼ਕਲ ਸੀਗੀ, ਪਰ ਚਲੋ ਰੱਬ ਦਾ ਸ਼ੁਕਰ ਆ ਇਹਨਾਂ ਦੀ ਜਿਹੜੀ ਕਹਿ ਸਕਦੇ ਹਾਂ ਵੀ ਸਾਰੀ ਟ੍ਰੇਨਿੰਗ ਜਿਹੜੀ ਆ ਇਹਨਾਂ ਬੱਚਿਆਂ ਦੀ ਜਿਹੜੀ ਆ ਜਾਨ ਆ ਉਹ ਬਚਾਈ ਆ। ਸੋ ਤਿੰਨ ਪੜਾਵਾਂ ਦੇ ਵਿੱਚ ਇਹ ਜਿਹੜਾ ਰੈਸਕਿਊ ਮਿਸ਼ਨ ਜਿਹੜਾ ਚਲਾਇਆ ਗਿਆ, ਪਹਿਲੇ ਪੜਾਅ ਦੇ ਵਿੱਚ 4 ਬੱਚਿਆਂ ਨੂੰ ਕੱਢਿਆ ਗਿਆ, ਫਿਰ ਉਸ ਤੋਂ ਬਾਅਦ ਦੇ ਵਿੱਚ ਅਗਲੇ 4 ਨੂੰ ਕੱਢਿਆ ਗਿਆ, ਅਤੇ ਅਖੀਰਲੇ ਪੜਾਅ ਦੇ ਵਿੱਚ ਜਿਹੜੇ ਬਾਕੀ ਰਹਿ ਗਏ ਜਿਹੜੇ 5 ਜਣੇ ਸੀਗੇ 4 ਬੱਚੇ ਅਤੇ ਕੋਚ ਜਿਹੜਾ ਆ ਉਹਨਾਂ ਨੂੰ ਕੱਢ ਲਿਆ ਗਿਆ ਸੀਗਾ। ਅਤੇ ਹੁਣ ਸਾਰੇ ਹੀ ਜਿਹੜੇ ਉਹਨਾਂ ਨੇਵੀ ਸੀਲਜ਼
ਜਿਹੜੇ ਜਿਹੜੇ ਬਾਹਰਲੇ ਮੁਲਕਾਂ ਤੋਂ ਵੀ ਆਏ ਸੀਗੇ ਉਹਨਾਂ ਸਾਰਿਆਂ ਦੀ ਸਲਾਹਨਾ ਜਿਹੜੀ ਆ ਉਹ ਕੀਤੀ ਜਾ ਰਹੀ ਆ ਤੇ ਪਰਿਵਾਰ ਵਾਲੇ ਵੀ ਬਹੁਤ ਹੁਣ ਖੁਸ਼ ਨੇ ਜੀ। ਸੋ ਸਾਰੇ ਪਰਿਵਾਰਾਂ ਵਾਲੇ ਉੱਥੇ ਹੀ ਰੁਕੇ ਹੋਏ ਸੀਗੇ, ਅਰਦਾਸਾਂ ਕਰਦੇ ਸੀ, ਤੇ ਸਾਰੇ ਬੱਚੇ ਜਿਹੜੇ ਆ ਕਹਿੰਦੇ ਵੀ ਉਹਨਾਂ ਨੂੰ ਖਾਣ ਪੀਣ ਘੱਟ ਮਿਲਣ ਕਰਕੇ ਵੀ ਉਹਨਾਂ ਦੀਆਂ ਕਮਜ਼ੋਰੀ ਸੀ ਸਿਹਤ, ਅਤੇ ਉਹ ਜਿਹੜੇ ਇੱਕ ਤਰ੍ਹਾਂ ਨਾਲ ਸਵਿਮ ਵੀ ਨਹੀਂ ਕਰ ਸਕਦੇ ਸੀ। ਅਤੇ ਹੁਣ ਜਿਹੜੇ ਬੱਚੇ ਹੈਗੇ ਆ ਉਹ ਹੋਸਪਿਟਲ ਦੇ ਵਿੱਚ ਅੰਡਰ ਰਿਕਵਰੀ ਹੈਗੇ ਆ, ਪਰ ਸਾਰੇ ਕਹਿੰਦੇ ਸਾਰਿਆਂ ਦੀ ਸਿਹਤ ਵਧੀਆ ਹੈਗੇ ਆ ਅਤੇ ਸਾਰੇ ਵਧੀਆ ਤਰੀਕੇ ਨਾਲ ਸਰਵਾਈਵ ਕਰ ਜਾਊਗੇ। ਇੱਕ ਚੀਜ਼ ਜਿਹੜੀ ਜ਼ਰੂਰ ਦੇਖਣ 'ਚ ਆਈ ਆ, ਕਹਿੰਦੇ ਵੀ ਪੂਰੇ ਦੁਨੀਆ ਲੈਵਲ ਦੇ ਉੱਤੇ ਜਿਹੜੇ ਕੇਵਸ ਦੇ ਡਾਈਵਰ ਐਕਸਪਰਟ ਹੁੰਦੇ ਆ ਉਹਨਾਂ ਇੱਕ ਤਰ੍ਹਾਂ ਨਾਲ ਲੋਕਾਂ ਨੂੰ ਪਤਾ ਲੱਗਾ ਵੀ ਇੱਦਾਂ ਦੇ ਐਕਸਪਰਟ ਵੀ ਦੁਨੀਆ ਦੇ ਵਿੱਚ ਹੁੰਦੇ ਹੈਗੇ ਆ ਜਿਹੜੇ ਕੇਵਸ ਦੇ ਵਿੱਚ ਡਾਈਵ ਕਰਕੇ ਜਾਂਦੇ ਹੈਗੇ ਆ। ਆਪਾਂ ਆਮ ਜਿਹੜੇ ਦਰਿਆਵਾਂ ਦੇ ਵਿੱਚ ਜਾਂ ਸਮੁੰਦਰ ਦੇ ਡਾਈਵਰਸ ਤਾਂ ਸੁਣੇ ਸੀ, ਜਾਂ ਹੋਰ ਮੁਲਕਾਂ 'ਚ ਕਈ ਵਾਰੀ ਕਹਿੰਦੇ ਡਾਈਵਰ ਜਿਹੜੇ ਆ ਜਿਹੜੇ ਖੂਹ ਹੁੰਦੇ ਆ ਉਹਨਾਂ 'ਚ ਜਾਂਦੇ ਆ, ਸਰੋਵਰਾਂ 'ਚ ਜਾਂਦੇ ਆ, ਪਰ ਕੇਵਸ ਦੇ ਡਾਈਵਰ ਜਿਹੜੇ ਸੀ ਇਹ ਬੜੀ ਖਤਰਨਾਕ ਜੋਬ ਸੀ, ਕਿਉਂਕਿ ਜਿਹੜਾ ਉੱਥੇ ਪਾਣੀ ਸੀ ਉਹ ਮੱਡ ਬਹੁਤ ਸੀ ਉਹਨਾਂ ਦੇ ਵਿੱਚ, ਸੋ ਉੱਥੋਂ ਜਿਹੜਾ ਲੰਘਣਾ ਬੜਾ ਜਿਹੜਾ ਖਤਰਨਾਕ ਸੀ ਜੀ। ਅਤੇ ਇਸ ਦੇ ਉੱਤੇ ਜਿਹੜੇ ਰਾਸ਼ਟਰਪਤੀ ਟਰੰਪ ਨੇ ਉਹਨਾਂ ਨੇ ਜਿਹੜੀ ਆ ਵਧਾਈ ਦਿੱਤੀ ਆ, ਕਹਿੰਦੇ ਵੀ ਪੂਰੇ ਅਮਰੀਕਾ ਦੇ ਬਿਹਾਫ ਦੇ ਉੱਤੇ ਅਸੀਂ ਥਾਈ ਨੇਵੀ ਸੀਲਸ ਅਤੇ ਉਹਨਾਂ ਦੇ ਜਿਹੜੇ ਸਕਸੈਸਫੁਲ ਰੈਸਕਿਊ ਆ ਉਹਨਾਂ ਨੂੰ ਅਸੀਂ ਵਧਾਈ ਦਿੰਦੇ ਹਾਂ ਵੀ 12 ਬੱਚੇ ਅਤੇ ਉਹਨਾਂ ਦੇ ਕੋਚ ਉਹਨਾਂ ਨੂੰ ਉਸ ਕੇਵ ਦੇ ਵਿੱਚੋਂ ਜਿਹੜਾ ਸੁਰੱਖਿਅਤ ਆ ਉਹ ਕੱਢ ਲਿਆ ਗਿਆ ਆ। ਕਈ ਲੋਕਾਂ ਨੇ ਇਸ ਦੇ ਉੱਤੇ ਜਿਹੜੀਆਂ ਟਿੱਪਣੀਆਂ ਵੀ ਕੀਤੀਆਂ, ਕਹਿੰਦੇ ਵੀ ਉੱਧਰ ਤੁਸੀਂ ਉਹ ਬੱਚਿਆਂ ਨੂੰ ਬਚਾਉਣ ਦੀ ਜਿਹੜੀ ਖੁਸ਼ੀ ਕਰ ਰਹੇ ਹੋ ਤਾਂ ਇੱਧਰ ਜਿਹੜੇ ਬੱਚਿਆਂ ਨੂੰ ਬਾਰਡਰ ਦੇ ਉੱਤੇ ਜਿਹੜਾ ਆ ਉਹ ਅਲੱਗ ਕੀਤਾ ਜਾ ਰਿਹਾ, ਕੋਈ ਵੀ ਜਿਹੜਾ ਪੋਲੀਟੀਕਲ ਸਟੇਟਮੈਂਟ ਦੇਣ ਤੋਂ ਜਿਹੜਾ ਆ ਉਹ ਕਹਿ ਸਕਦੇ ਹਾਂ ਵੀ ਬਾਜ਼ ਨਹੀਂ ਆਉਂਦਾ, ਮੌਕਾ ਜਿਹੜਾ ਦੇਖਦੇ ਨੇ ਜਿਹੜੇ ਸਿਆਸੀ ਬੰਦੇ ਹੁੰਦੇ ਨੇ ਜੀ। ਬਿਲਕੁਲ, ਸੋ ਇਹ ਜਿਹੜਾ ਆ ਜੂਨ 23 ਨੂੰ ਜਿਹੜਾ ਸ਼ਨਿਚਰਵਾਰ ਸੀ ਜਦੋਂ ਜਿਹੜਾ 12 ਮੈਂਬਰ ਸੀਗੇ ਵਾਈਲਡ ਬੋਰ ਸੋਕਰ ਕਲੱਬ ਹੈਗਾ ਆ ਜਿਹਦੇ ਮੈਂਬਰ ਆਪਣੇ ਇੱਕ ਟੀਮ ਦੇ ਮੈਂਬਰ ਦਾ ਬਰਥਡੇ ਮਨਾਉਣ ਚਲੇ ਗਏ, ਉੱਥੇ ਸਾਈਕਲਾਂ ਦੇ ਉੱਤੇ ਗਏ ਸੀ ਅਤੇ ਨਾਲ ਉਹਨਾਂ ਦਾ ਕੋਚ ਵੀ ਸੀ, ਪਰ ਬਾਅਦ ਦੇ ਵਿੱਚ ਫਲੱਡ ਆ ਗਿਆ, ਮੀਂਹ ਪੈ ਗਿਆ ਸੇਮ ਰਾਤ ਨੂੰ ਅਤੇ ਉਹ ਉੱਥੇ ਸਟੱਕ ਹੋ ਗਏ, ਅਤੇ ਹੁਣ ਜਿਹੜਾ ਆ ਜੁਲਾਈ 10 ਨੂੰ ਸਾਰੇ ਜਿਹੜੇ ਬੱਚੇ ਆ ਉਹ ਬਾਹਰ ਕੱਢ ਲਏ ਗਏ ਹੈਗੇ ਜੀ। ਅਤੇ ਹੁਣ ਹਰਜੋਤ ਸਿੰਘ ਜੀ ਆਪਾਂ ਅਮਰੀਕਾ ਦੀ ਜਿਹੜੀ ਖਬਰ ਦੇ ਉੱਤੇ ਜਿਹੜੀ ਅਹਿਮ ਖਬਰ ਦੇ ਉੱਤੇ ਨਜ਼ਰ ਮਾਰੀਏ, ਸੁਪਰੀਮ ਕੋਰਟ ਦੇ ਜਿਹੜੇ ਅਗਲੇ ਜਸਟਿਸ ਦੇ ਲਈ ਨੋਮੀਨੇਸ਼ਨ ਕੱਲ੍ਹ ਰਾਸ਼ਟਰਪਤੀ ਟਰੰਪ ਨੇ ਜਿਹੜੀ ਰਾਤ 9 ਵਜੇ ਜਿਹੜੀ ਈਸਟਰਨ ਟਾਈਮ ਦੇ ਮੁਤਾਬਕ ਕਰ ਦਿੱਤੀ ਆ। ਸੋ ਕੈਵਨਾ ਜਿਹੜਾ ਨਾਮ ਉਹਨਾਂ ਦਾ ਜਿਹੜਾ ਪਹਿਲੋਂ ਵੀ ਆ ਰਿਹਾ ਸੀਗਾ ਅਤੇ ਉਹ ਜਿਹੜੇ ਇਸ ਟਾਈਮ ਉਹਨਾਂ ਨੂੰ ਕਹਿ ਸਕਦੇ ਹਾਂ ਵੀ ਨੋਮੀਨੇਟ ਜਿਹੜਾ ਕਰ ਦਿੱਤਾ, ਹੁਣ ਜਲਦ ਹੀ ਉਹਨਾਂ ਦੀ ਜਿਹੜੀ ਕਨਫਰਮੇਸ਼ਨ ਹੀਅਰਿੰਗ ਆ ਉਹ ਜਿਹੜੇ ਮਿਚ ਮਕੋਨਲ ਨੇ ਸੈਨੇਟ ਮੈਜੋਰਟੀ ਲੀਡਰ ਆ ਉਹ ਜਿਹੜੀ ਜੁਡੀਸ਼ਰੀ ਕਮੇਟੀ ਆ ਉਸ ਦੇ ਸਾਹਮਣੇ ਉਹਨਾਂ ਨੂੰ ਪੇਸ਼ ਕਰਨਗੇ। 53 ਸਾਲਾ ਬ੍ਰੈਟ ਕੈਵਨਾ ਡਿਸਟ੍ਰਿਕਟ ਆਫ ਕੋਲੰਬੀਆ ਕੋਰਟ ਆਫ ਅਪੀਲ ਦੇ ਜਿਹੜੇ ਜੱਜ ਹੈਗੇ ਆ ਅਤੇ ਉਹ ਜਿਹੜੇ ਰਿਟਾਇਰ ਹੋ ਰਹੇ ਜਸਟਿਸ ਐਂਥਨੀ ਕੈਨੇਡੀ ਆ ਉਹਨਾਂ ਦੀ ਜਗ੍ਹਾ ਜਿਹੜੀ ਆ ਉਹ ਲੈ ਸਕਦੇ ਆ, ਬਸ਼ਰਤੇ ਇਹਨਾਂ ਦੀ ਕਨਫਰਮੇਸ਼ਨ ਹੀਅਰਿੰਗ ਤੋਂ ਬਾਅਦ ਦੇ ਵਿੱਚ ਸੈਨੇਟ ਵੱਲੋਂ ਇਹਨਾਂ ਨੂੰ ਅਪਰੂਵ ਕਰ ਦਿੱਤਾ ਜਾਵੇ ਜੀ। ਬਿਲਕੁਲ, ਸੋ ਬਹੁਤ ਸਾਰੇ ਜਿਹੜੇ ਕੰਜ਼ਰਵੇਟਿਵ ਗਰੁੱਪ ਦੇ ਲੋਕ ਹੈਗੇ ਆ ਉਹਨਾਂ ਨੇ ਬਹੁਤ ਪ੍ਰੈਜ਼ੀਡੈਂਟ ਟਰੰਪ ਦਾ ਧੰਨਵਾਦ ਕੀਤਾ ਆ ਵੀ ਇਹ ਵਧੀਆ ਬੰਦਾ ਹੈਗਾ, ਅਤੇ ਦੂਸਰੇ ਪਾਸੇ ਜਿਹੜੇ ਡੈਮੋਕ੍ਰੇਟਸ ਆ ਉਹਨਾਂ ਨੇ ਚੱਕ ਸ਼ੂਮਰ ਆ ਉਹਨਾਂ ਨੇ ਓਪਨਲੀ ਕਿਹਾ ਆ ਵੀ ਹੁਣ ਸਾਡੀ ਲੜਾਈ ਜਿਹੜੀ ਆ ਪੂਰੇ ਜ਼ੋਰਾਂ ਸ਼ੋਰਾਂ ਨਾਲ ਚੱਲੂਗੀ। ਬਹੁਤ ਸਾਰੇ ਜਿਹੜੇ ਲਿਬਰਲਸ ਹੈਗੇ ਆ ਉਹ ਜਿਹੜੇ ਰੋ ਵਰਸ ਵੇਡ ਵਾਲਾ ਜਿਹੜਾ ਰੂਲਿੰਗ ਕੇਸ ਹੈਗੀ ਆ ਰੂਲਿੰਗ ਉਹਦੇ ਤੋਂ ਡਰ ਰਹੇ ਆ ਵੀ ਉਹਨੂੰ ਕਿਤੇ ਓਵਰ ਟਰਨ ਨਾ ਕਰ ਦੇਣ। ਕੈਵਨਾ ਜਿਹੜੇ ਆ ਇਹ ਪ੍ਰੈਜੀਡੈਂਟ ਬੁਸ਼ ਜਿਹੜੇ ਉਹਨਾਂ ਦੀ ਫੈਮਿਲੀ ਆ ਉਹਦੇ ਲਾਗੇ ਕਾਫੀ ਗਿਣੇ ਜਾਂਦੇ ਆ ਅਤੇ ਬਹੁਤ ਸਾਰੇ ਜਿਹੜੇ ਰਿਪਬਲਿਕਨ ਪਾਰਟੀ ਦੇ ਵਿੱਚ ਵੀ ਲੋਕ ਆ ਉਹ ਬੜੇ ਸਰਪ੍ਰਾਈਜ਼ ਆ ਕਿਉਂਕਿ ਜਦੋਂ ਤੋਂ ਹੀ ਪ੍ਰੈਜੀਡੈਂਟ ਟਰੰਪ ਪ੍ਰੈਜੀਡੈਂਟ ਬਣੇ ਹੋਏ ਆ ਅਤੇ ਜਿਹੜੀ ਬੁਸ਼ ਫੈਮਿਲੀ ਆ ਉਹ ਕਾਫੀ ਇਹਨਾਂ ਦੇ ਉਲਟ ਹੈਗੀ ਆ ਕਿਉਂਕਿ ਜੈਬ ਬੁਸ਼ ਵੀ ਕੈਂਡੀਡੇਟ ਸੀ ਉਹ ਵੀ ਇਹਨਾਂ ਦੀ ਹੀਟਡ ਜਿਹੜੀ ਡਿਸਕਸ਼ਨ ਹੋਈ ਸੀਗੀ ਜਦੋਂ ਪ੍ਰੈਜੀਡੈਂਟ ਦੀ ਇਲੈਕਸ਼ਨ ਚੱਲ ਰਹੀ ਸੀਗੀ। ਅਤੇ ਦੂਸਰੇ ਪਾਸੇ ਜਿਹੜੇ ਰਿਪਬਲਿਕਨ ਪਾਰਟੀ ਦੇ ਵੀ ਕਈ ਜਿਹੜੇ ਮਿਚ ਮਕੋਨਲ ਵਰਗੇ ਹੈਗੇ ਆ ਸੀਨੀਅਰ ਲੀਡਰ ਉਹ ਵੀ ਵਾਲੇ ਖੁਸ਼ ਨਹੀਂ ਨਜ਼ਰ ਆ ਰਹੇ ਵੀ ਜਿਹੜਾ ਇਸ ਕੈਂਡੀਡੇਟ ਨੂੰ ਚੁਣਿਆ ਗਿਆ ਹੈਗਾ। ਸੋ ਇਹ ਲੋਕਾਂ ਨੂੰ ਸਮਝ ਨਹੀਂ ਪੈ ਰਿਹਾ ਵੀ ਇਹ ਪ੍ਰੈਜੀਡੈਂਟ ਟਰੰਪ ਨੇ ਇਹਨਾਂ ਨੂੰ ਕਿਉਂ ਚੁਣਿਆ ਹੈਗਾ ਵੀ ਇੰਨੇ ਇਹਨਾਂ ਦੇ ਲਾਗੇ ਵੀ ਨਹੀਂ ਲੱਗਦੇ ਹੈਗੇ। ਪਰ ਦੂਸਰੇ ਪਾਸੇ ਜਿਹੜਾ ਪ੍ਰੈਜੀਡੈਂਟ ਟਰੰਪ ਆ ਉਹਨਾਂ ਨੇ ਕਿਹਾ ਹੈਗਾ ਵੀ ਬਹੁਤ ਹੀ ਇੰਟੈਲੀਜੈਂਟ ਬੰਦਾ ਮੈਂ ਚੁਣਿਆ ਹੈਗਾ, 12 ਸਾਲਾਂ ਤੋਂ
ਜਿਸ ਤਰ੍ਹਾਂ ਤੁਸੀਂ ਦੱਸਿਆ ਬ੍ਰੈਟ ਕੈਵਨੋ ਜਿਹੜੇ ਹੈਗੇ ਆ ਉਹ ਫੈਡਰਲ ਬੈਂਚ ਦੇ ਉੱਤੇ ਕੰਮ ਕਰਦੇ ਰਹੇ ਹੈਗੇ ਆ ਅਤੇ 300 ਦੇ ਕਰੀਬ ਉਹਨਾਂ ਨੇ ਓਪੀਨੀਅਨ ਜਿਹੜੇ 12 ਸਾਲਾਂ ਦੇ ਵਿੱਚ ਆਪਣੇ ਲਿਖੇ ਹੈਗੇ ਆ ਅਤੇ 53 ਸਾਲਾਂ ਦੇ ਬ੍ਰੈਟ ਕੈਵਨੋ ਅਗਰ ਇਹਨਾਂ ਦੀ ਨੋਮੀਨੇਸ਼ਨ ਕਨਫਰਮ ਹੁੰਦੀ ਆ ਅਤੇ ਜੇ ਉਹਨਾਂ ਦੀ ਸਿਹਤ ਸਾਰਾ ਕੁਝ ਸੈੱਟ ਰਹਿੰਦੀ ਤਾਂ 30-35 ਸਾਲ ਉਹ ਸੁਪਰੀਮ ਕੋਰਟ ਦੇ ਵਿੱਚ ਟਿਕੇ ਰਹਿਣਗੇ। ਜੀ ਬਿਲਕੁਲ, ਇਹਦੇ ਵਿੱਚ ਤਾਂ ਕੋਈ ਦੋ ਰਾਵਾਂ ਨਹੀਂ ਵੀ ਆਉਣ ਵਾਲੇ 3-4 ਦਹਾਕਿਆਂ ਦੇ ਲਈ ਜਿਹੜੇ ਦੋ ਨਵੇਂ ਜਿਹੜੇ ਇਹਨਾਂ ਨੇ ਜਸਟਿਸ ਲਾਏ ਨੇ ਨੀਲ ਗੋਰਸਚ ਅਤੇ ਬ੍ਰੈਟ ਕੈਵਨ ਜੇ ਅਪਰੂਵ ਹੋ ਜਾਂਦੇ ਨੇ ਤਾਂ ਇਹਨਾਂ ਦਾ ਜਿਹੜਾ ਲੰਮੇ ਸਮੇਂ ਦੇ ਉੱਤੇ ਬਹੁਤ ਸਾਰੇ ਫੈਸਲਿਆਂ ਦੇ ਉੱਤੇ ਜਿਹੜਾ ਇਸ ਇਹਨਾਂ ਦਾ ਅਸਰ ਜਿਹੜਾ ਦਿਖੇਗਾ। ਕਾਫੀ ਕਹਿੰਦੇ ਦਹਾਕਿਆਂ ਬਾਅਦ ਇਹ ਹੁਣ ਹੋਇਆ ਆ ਵੀ ਜਿਹੜਾ ਸੁਪਰੀਮ ਕੋਰਟ ਦਾ ਜਿਹੜਾ ਬੈਂਚ ਆ ਜਿਹੜੇ 9 ਜੱਜਾਂ ਦੇ ਵਿੱਚੋਂ ਜਿਹੜੇ 5 ਜਾਣੇ ਇਹਨਾਂ ਦੇ ਅਪਰੂਵ ਹੋਣ ਤੋਂ ਬਾਅਦ ਦੇ ਵਿੱਚ ਜਿਹੜੇ ਕੰਜ਼ਰਵੇਟਿਵ ਲੀਨਿੰਗ ਜਿਹੜਾ ਆ ਮਜੋਰਟੀ ਵਾਲੇ ਪਾਸੇ ਨੂੰ ਜਿਹੜਾ ਜਾਊਗਾ। ਸੋ ਇੱਕ ਇਹਦੇ ਵਿੱਚ ਦੋ ਚੀਜ਼ਾਂ ਹੁੰਦੀਆਂ ਜੋ ਸਿੰਘ ਜੀ, ਦੇਖੋ ਇੱਕ ਜਿਹੜਾ ਜੁਡੀਸ਼ਰਲੀ ਕੰਜ਼ਰਵੇਟਿਵ ਹੋਣਾ ਡਿਫਰੈਂਟ ਚੀਜ਼ ਹੁੰਦੀ ਆ ਅਤੇ ਇੱਕ ਵੈਸੇ ਹੀ ਕੰਜ਼ਰਵੇਟਿਵ ਵਿਚਾਰਧਾਰਾ ਹੋਣੀ ਉਹ ਡਿਫਰੈਂਟ ਚੀਜ਼ ਹੁੰਦੀ ਆ। ਜੁਡੀਸ਼ੀਅਲ ਕੰਜ਼ਰਵੇਟਿਵ ਕਹਿੰਦੇ ਉਹ ਹੁੰਦੇ ਆ ਵੀ ਜਿਹੜੇ ਜਸਟਿਸ ਤਰੀਕੇ ਦੇ ਨਾਲ ਸੰਵਿਧਾਨ ਨੂੰ ਲਿਖਿਆ ਗਿਆ ਆ, ਜਿਹੜਾ ਸੰਵਿਧਾਨ ਦੇ ਵਿੱਚ ਜਿਹੜਾ ਲਿਖਿਆ ਗਿਆ ਆ ਜੋ ਉਹਨਾਂ ਦਾ ਮਤਲਬ ਹੈਗਾ ਆ ਉਸ ਦੇ ਅਨੁਸਾਰ ਜਿਹੜਾ ਆ ਉਹ ਫੈਸਲਾ ਦਿੱਤਾ ਜਾਂਦਾ ਆ। ਅਤੇ ਕਈ ਵਾਰੀ ਕਹਿੰਦੇ ਆ ਵੀ ਕੀ ਹੁੰਦਾ ਆ ਵੀ ਲੋਕਾਂ ਦੇ ਵਿੱਚ ਇੱਕ ਇਹ ਭਾਵਨਾ ਬਣੀ ਆ ਵੀ ਓਪੀਨੀਅਨ ਦੇ ਹਿਸਾਬ ਦੇ ਨਾਲ ਵੀ ਜੇ ਜ਼ਿਆਦਾ ਲੋਕ ਕਹਿ ਰਹੇ ਆ ਜ਼ਰੂਰੀ ਨਹੀਂ ਆ ਵੀ ਹਾਂ ਭਾਵਨਾ ਹੋ ਸਕਦੀ ਹੈ ਲੋਕਾਂ ਦੀ ਵੀ ਉਸਨਾਂ ਦੇ ਪ੍ਰਤੀ ਵੀ ਆਹ ਕੇਸ ਦਾ ਫੈਸਲਾ ਇਸ ਹਿਸਾਬ ਦੇ ਨਾਲ ਆਉਣਾ ਚਾਹੀਦਾ, ਆਹ ਕੇਸ ਦਾ ਫੈਸਲਾ ਉਸ ਹਿਸਾਬ ਦੇ ਨਾਲ ਆਉਣਾ ਚਾਹੀਦਾ ਆ। ਪਰ ਜਿਹੜਾ ਜੁਡੀਸ਼ੀਅਲ ਕੰਜ਼ਰਵੇਟਿਵ ਜਿਹੜਾ ਹੁੰਦਾ ਆ ਉਹਦੇ ਵਿੱਚ ਇਹ ਆ ਵੀ ਜਿਹੜੀ ਜੁਡੀਸ਼ੀਅਲ ਦਾ ਪੂਰਾ ਪ੍ਰੋਸੈਸ ਆ ਪੂਰਾ ਪ੍ਰੋਸੀਜਰ ਆ ਉਸ ਨੂੰ ਵਰਤਿਆ ਜਾਣਾ ਚਾਹੀਦਾ ਆ, ਨਾ ਕਿ ਰਿਜ਼ਲਟ ਬਾਇਸਡ ਤਰੀਕੇ ਦੇ ਨਾਲ ਜਿਹੜਾ ਆ ਕਿਸੇ ਕੇਸ ਦੀ ਸੁਣਵਾਈ ਜਿਹੜੀ ਸੁਣਨੀ ਚਾਹੀਦੀ ਆ। ਸੋ ਇਹ ਲੋਕਾਂ ਦਾ ਉੱਤੇ ਕਹਿੰਦੇ ਉਹਨਾਂ ਲੋਕਾਂ ਨੂੰ ਜ਼ਰੂਰ ਅਸਰ ਜਿਹੜਾ ਪਊਗਾ ਜਿਹੜੇ ਸੋਚਦੇ ਆ ਵੀ ਹਾਂ ਵੀ ਗਨ ਰਾਈਟ ਦੇ ਮਾਮਲੇ ਦੇ ਵਿੱਚ ਹੱਕ 'ਚ ਆਵੇ ਜਾਂ ਇਹਦੇ ਅਗੇਂਸਟ ਆਵੇ, ਜਿਹੜੇ ਗੇ ਲੈਸਬੀਅਨ ਵਾਲੇ ਮਾਮਲੇ ਦੇ ਵਿੱਚ ਹੱਕ 'ਚ ਆਵੇ ਜਾਂ ਅਗੇਂਸਟ ਆਵੇ। ਸੋ ਕਹਿੰਦੇ ਉਹਨਾਂ ਨੂੰ ਇੱਦਾਂ ਲੱਗਦਾ ਅਸਰ ਹੋਊਗਾ, ਪਰ ਜਿਹੜੇ ਤਾਂ ਜਿਹੜੇ ਜੁਡੀਸ਼ਰੀ ਨੂੰ ਜੇ ਉਸ ਤਰੀਕੇ ਦੇ ਨਾਲ ਚੱਲਣ ਦਿੱਤਾ ਜਾਵੇ ਵੀ ਜੋ ਲਿਖਿਆ ਗਿਆ ਆ ਉਸਦਾ ਉਸੇ ਤਰੀਕੇ ਦੇ ਨਾਲ ਮਤਲਬ ਲੈ ਕੇ ਫਿਰ ਉਸਦਾ ਫੈਸਲਾ ਸੁਣਾਇਆ ਜਾਵੇ ਤਾਂ ਉਹ ਡਿਫਰੈਂਟ ਚੀਜ਼ ਜਿਹੜੀ ਬਣ ਜਾਂਦੀ ਆ। ਸੋ ਇਹ ਇੱਕ ਡਿਫਰੈਂਸ਼ੀਏਸ਼ਨ ਜਿਹੜਾ ਜ਼ਰੂਰ ਹੁੰਦਾ ਹੈ, ਰਿਪਬਲਿਕਨ ਪਾਰਟੀ ਦੀ ਵਿਚਾਰਧਾਰਾ ਕੰਜ਼ਰਵੇਟਿਵ ਹੈਗੀ ਆ ਪਰ ਜੁਡੀਸ਼ੀਅਲੀ ਕੰਜ਼ਰਵੇਜ਼ਮ ਜਿਹੜਾ ਹੁੰਦਾ ਕੰਜ਼ਰਵੇਟਿਵ ਆ ਉਹ ਇੱਕ ਡਿਫਰੈਂਟ ਚੀਜ਼ ਹੋ ਜਾਂਦੀ ਆ। ਜੀ ਬਿਲਕੁਲ, ਸੋ ਜਿਹੜੇ ਜਿਹੜੇ ਇਹ ਸੁਪਰੀਮ ਕੋਰਟ ਦੇ ਨੋਮਨੀ ਹੈਗੇ ਆ ਬ੍ਰੈਟ ਕੈਵਨੋ 53 ਸਾਲਾਂ ਦੇ ਹੈਗੇ ਆ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਦੱਸਿਆ ਸੀ, ਅਤੇ ਇਹਨਾਂ ਦੀ ਨੋਮੀਨੇਸ਼ਨ ਜਿਹੜੀ ਆ ਪ੍ਰੈਜੀਡੈਂਟ ਬੁਸ਼ ਦੇ ਵੇਲੇ ਵੀ ਹੋਈ ਸੀ ਅਤੇ ਇਹਨਾਂ ਦੀ ਜਿਹੜੀ ਵਾਈਫ ਹੈਗੀ ਆ ਉਹ ਜੋਰਜ ਡਬਲਯੂ ਬੁਸ਼ ਜਦੋਂ ਪ੍ਰੈਜੀਡੈਂਟ ਸੀ 9/11 ਹੋਇਆ ਸੀ ਉਹਨਾਂ ਉਸ ਟਾਈਮ ਦੇ ਉੱਤੇ ਉਹਨਾਂ ਦੇ ਇੱਕ ਤਰ੍ਹਾਂ ਨਾਲ ਯੰਗ ਏਡ ਸੀਗੀ ਐਸ਼ਲੀ ਐਸਟਿਸ ਅਤੇ ਦੋ ਬੱਚੇ ਆ ਬੱਚੀਆਂ ਹੈਗੀਆਂ ਇਹਨਾਂ ਦੀਆਂ ਅਤੇ ਕਹਿੰਦੇ ਵੀ ਆਪਣੀ ਇੱਕ ਬੱਚੀ ਦੇ ਸੋਕਰ ਟੀਮ ਦੇ ਕੋਚ ਵੀ ਆ ਜਿੱਥੇ ਇਹਨਾਂ ਨੂੰ ਨਿੱਕ ਨੇਮ ਕੋਚ ਕੇ ਕਰਕੇ ਜਾਣਿਆ ਜਾਂਦਾ ਆ। ਸੋ ਇੱਕ ਤਰ੍ਹਾਂ ਨਾਲ ਉਹ ਬਾਹਰ ਵੀ ਆਏ ਆ ਅਤੇ ਹੁਣ ਜਿਹੜੀ ਉਹਨਾਂ ਨੇ ਪ੍ਰੈਸ ਦੇ ਵਿੱਚ ਵੀ ਜਿਹੜੀ ਇੱਕ ਜਗ੍ਹਾ ਉਹਨਾਂ ਨੇ ਮੀਟਿੰਗ ਹੋਈ ਹੈਗੀ ਆ ਜਿਹਦੇ ਵਿੱਚ ਉਹਨਾਂ ਨੇ ਆਪਣੇ ਆਪ ਨੂੰ ਸ਼ੋਅ ਕੀਤਾ ਹੈਗਾ ਵੀ ਉਹ ਉਹਨਾਂ ਦੀਆਂ ਫੈਮਿਲੀ ਟਾਈਜ਼ ਹੈਗੀਆਂ, ਵਾਈਫ ਸੀ, ਦੋ ਬੱਚੀਆਂ ਉਹਨਾਂ ਦੀਆਂ ਸੀਗੀਆਂ, ਕੈਥੋਲਿਕ ਬੇਸਡ ਜਿਹੜੇ ਰਿਲੀਜਨ ਨੂੰ ਉਹ ਬਿਲੋਂਗ ਕਰਦੇ ਹੈਗੇ ਆ ਅਤੇ ਉਹ ਹਮੇਸ਼ਾ ਹੀ ਕਰਦੇ ਰਹੇ ਆ ਵੀ ਮੈਂ ਆਪਣੇ ਪ੍ਰੀਸਟ ਦੇ ਨਾਲ ਰਲ ਕੇ ਕਿਸ ਤਰ੍ਹਾਂ ਜਿਹੜੇ ਪੂਅਰ ਲੋਕ ਹੈਗੇ ਆ ਉਹਨਾਂ ਦੀ ਹੈਲਪ ਕਰਦਾ ਰਿਹਾ ਹੈਗਾ। ਸੋ ਹੁਣ ਕਾਫੀ ਕੁਛ ਆਉਣ ਵਾਲੇ ਦਿਨਾਂ ਦੇ ਵਿੱਚ ਗਰਮਾ ਗਰਮੀ ਹੋਏਗੀ ਅਤੇ ਉਹਨਾਂ ਦੀ ਕਨਫਰਮੇਸ਼ਨ ਦੇ ਲਈ ਜਿਸ ਤਰ੍ਹਾਂ ਰਿਪਬਲਿਕਨ ਨੇ ਪਿਛਲੇ ਟਾਈਮ ਨੀਲ ਗੋਰਸਚ ਜਿਹੜੇ ਹੈਗੇ ਆ ਉਹਨਾਂ ਨੂੰ ਚੁਣਿਆ ਸੀ ਨਿਊਕਲੀਅਰ ਆਪਸ਼ਨ ਕਰਕੇ, ਲੱਗਦਾ ਇਸ ਵਾਰ ਵੀ ਉਸੇ ਤਰ੍ਹਾਂ ਚੁਣਨਗੇ। 50 ਜਿਹੜੇ ਕਾਂਗਰਸਮੈਨ ਸੈਨੇਟਰ ਜਿਹੜੇ ਹੈਗੇ ਆ ਇਸ ਟਾਈਮ ਰਿਪਬਲਿਕਨ ਪਾਰਟੀ ਦੇ ਕੋਲ ਅਤੇ ਜਿਹੜੇ ਸੈਨੇਟਰ ਜੌਨ ਮਕੇਨ ਆ ਉਹ ਬਿਮਾਰ ਚੱਲ ਰਹੇ ਹੈਗੇ ਆ। ਸੋ 51 ਵੋਟ ਜਿਹੜੀ ਆ ਮਾਈਕ ਪੈਂਸ ਜਿਹੜੇ ਵਾਈਸ ਪ੍ਰੈਜੀਡੈਂਟ ਉਹ ਪਾ ਸਕਦੇ ਹੈਗੇ ਆ, ਪਰ ਦੋ ਸੈਨੇਟਰ ਜਿਹੜੇ ਹੈਗੇ ਆ
ਜਿਹੜੇ ਲੇਡੀਜ਼ ਹੈਗੀਆਂ ਸੂਜ਼ਨ ਕੋਲਿਨਸ ਮੇਨ ਤੋਂ ਅਤੇ ਲੀਜ਼ਾ ਮਰਕੋਵਿਸਕੀ ਜਿਹੜੇ ਰਿਪਬਲਿਕਨ ਸੈਨੇਟਰ ਅਲਾਸਕਾ ਤੋਂ ਆ, ਦੋਨੋਂ ਹੀ ਲੇਡੀਜ਼ ਹੈਗੀਆਂ ਅਤੇ ਦੋਨਾਂ ਦਾ ਹੀ ਕੰਸਰਨ ਰੋ ਵਰਸਸ ਵੇਟ ਵਾਲਾ ਇਸ਼ੂ ਵੀ ਹੈਗਾ ਆ। ਅਤੇ 57 ਸੈਨੇਟਰਸ ਜਿਹੜੇ ਹੈਗੇ ਆ, ਇਹਨਾਂ ਨੇ ਜਿਹੜਾ ਜੱਜ ਕੈਵਨੋ ਆ ਇਹਨੂੰ ਕਨਫਰਮ ਕੀਤਾ ਸੀ ਜਦੋਂ ਉਹਨਾਂ ਦੀ ਅਪੀਲ ਕੋਰਟਸ ਦੀ ਕਨਫਰਮੇਸ਼ਨ ਹੋਈ ਸੀ 2006 ਦੇ ਵਿੱਚ। ਅਤੇ ਹੁਣ ਦੇਖੋ ਬਈ, ਕਿਉਂਕਿ ਉਸ ਟਾਈਮ ਦੇ ਉੱਤੇ ਕਿਉਂਕਿ ਉਹ ਅਪੀਲਸ ਕੋਰਟ ਸੀ, ਹੁਣ ਸੁਪਰੀਮ ਕੋਰਟ ਆ, ਅਤੇ ਸੁਪਰੀਮ ਕੋਰਟ ਦੇ ਵਿੱਚ ਜਿਹੜੇ ਆ ਉਹਨਾਂ ਦਾ ਸਟੈਂਡ, ਦੋਨੋਂ ਜਿਹੜੇ ਸੈਨੇਟਰ ਰਿਪਬਲਿਕਨ ਹੈਗੇ ਉਹਨਾਂ ਦਾ ਕੀ ਰਹਿੰਦਾ ਹੈਗਾ, ਇਹਦੇ ਉੱਤੇ ਡਿਪੈਂਡ ਹੋਊਗਾ ਜੀ। ਕਹਿੰਦੇ ਵੀ ਵਾਈਟ ਹਾਊਸ ਨੂੰ ਉਹਨਾਂ ਨੂੰ ਕਿਤੇ ਨਾ ਕਿਤੇ ਮਨਾਉਣਾ ਪੈਣਾ, ਕਨਵਿੰਸ ਕਰਨਾ ਪੈਣਾ ਆ ਵੀ ਜਿਹੜੇ ਬ੍ਰੈਟ ਕੈਵਨਾ ਆ ਉਹ ਰੋ ਵਰਸਿਸ ਵੇਡ ਵਾਲੇ ਆ ਉਸਨੂੰ ਓਵਰਟਰਨ ਜਿਹੜੇ ਉਹ ਨਹੀਂ ਕਰਨਗੇ, ਕਿਉਂਕਿ ਜਿੱਦਾਂ ਤੁਸੀਂ ਦੱਸਿਆ ਵੀ ਇਹ ਦੋਨੋਂ ਹੀ ਜਿਹੜੀਆਂ ਸੈਨੇਟਰਸ ਹੈਗੀਆਂ ਆ ਇਹ ਅਬੋਰਸ਼ਨ ਰਾਈਟਸ ਦੇ ਹੱਕ ਦੇ ਵਿੱਚ ਨੇ, ਸਪੋਰਟ ਕਰਦੀਆਂ ਨੇ, ਅਤੇ ਇਹ ਜਿਹੜੇ ਹੈਗੇ ਨੇ ਡੈਫੀਨੇਟਲੀ ਉਸ ਚੀਜ਼ ਦੇ ਅਗੇਂਸਟ ਹੈਗੇ ਨੇ। ਸੋ ਕੱਲ੍ਹ ਜਦੋਂ ਰਾਸ਼ਟਰਪਤੀ ਟਰੰਪ ਨੇ ਇਹਨਾਂ ਨੂੰ ਸਾਰੇ ਪੱਤਰਕਾਰਾਂ ਦੇ ਨਾਲ ਜਿਹੜਾ ਆ ਉਹ ਪੇਸ਼ ਕੀਤਾ ਸੀ, ਅਤੇ ਉਦੋਂ ਕਹਿੰਦੇ ਵੀ ਮੈਂ ਨੋਮੀਨੇਟ ਕਰਨ ਜਾ ਰਿਹਾ ਹਾਂ ਜਿਹੜੇ ਬ੍ਰੈਟ ਕੈਵਨਾ ਉਹਨਾਂ ਨੂੰ, ਅਤੇ ਕਹਿੰਦੇ ਉਸ ਤੋਂ ਬਾਅਦ ਦੇ ਵਿੱਚ ਹੀ ਨਾਲ ਦੇ ਨਾਲ ਹੀ ਉਹ ਆਪਣੀ ਵਾਈਫ ਅਤੇ ਦੋਨਾਂ ਬੇਟੀਆਂ ਦੇ ਨਾਲ ਉਹ ਸਾਹਮਣੇ ਆਏ ਮਾਈਕ ਦੇ ਉੱਤੇ ਜਿਹੜੇ ਆਏ, ਅਤੇ ਰਾਸ਼ਟਰਪਤੀ ਟਰੰਪ ਨੇ ਕਿਹਾ ਵੀ ਇਹਨਾਂ ਦੇ ਇੰਪੈਕੇਬਲ ਕ੍ਰੈਡੈਂਸ਼ੀਅਲ ਹੈਗੇ ਨੇ, ਬਹੁਤ ਹੀ ਸ਼ਾਨਦਾਰ ਜਿਹੜੇ ਆ ਉਹ ਜੱਜ ਨੇ, ਅਤੇ ਕਹਿੰਦੇ ਇਹਨਾਂ ਨੂੰ ਜੱਜ ਜਿਹੜਾ ਆ ਉਹ ਵੀ ਮੰਨਿਆ ਜਾਂਦਾ ਆ। ਅਤੇ ਕੈਵਨਾ ਨੇ ਉਸ ਤੋਂ ਬਾਅਦ ਦੇ ਵਿੱਚ ਰਾਸ਼ਟਰਪਤੀ ਟਰੰਪ ਦੇ ਵੀ ਪੁੱਲਾਂ ਦੇ ਜਿਹੜੇ ਥੋੜ੍ਹੇ ਉਹਨਾਂ ਨੇ ਤਾਰੀਫ ਬੰਨੇ, ਕਹਿੰਦੇ ਪੂਰੇ ਪ੍ਰੋਸੈਸ ਦੇ ਦੌਰਾਨ ਮੈਂ ਪਹਿਲੀ ਵਾਰੀ ਦੇਖਿਆ ਆ ਇੰਨੇ ਨਜ਼ਦੀਕ ਤੋਂ ਵੀ ਅਮੈਰੀਕਨ ਜੁਡੀਸ਼ਰੀ ਦਾ ਬਹੁਤ ਜਿਹਦੀ ਜਿਹੜਾ ਵਾਈਟਲ ਰੋਲ ਦੇ ਲਈ ਜਿਹੜੀ ਐਪਰੀਸੀਏਸ਼ਨ ਦੇਖੀ ਆ, ਅਤੇ ਰਾਸ਼ਟਰਪਤੀ ਟਰੰਪ ਨੇ ਕਿਸੇ ਵੀ ਹੋਰ ਰਾਸ਼ਟਰਪਤੀ ਦੀ ਤਰ੍ਹਾਂ ਨਹੀਂ ਕੀਤਾ, ਬਲਕਿ ਇਹ ਪਹਿਲੇ ਰਾਸ਼ਟਰਪਤੀ ਦੇਖੇ ਨੇ ਜਿਨ੍ਹਾਂ ਨੇ ਬਹੁਤ ਲੋਕਾਂ ਦੇ ਨਾਲ ਕੰਸਲਟ ਕਰਨ ਤੋਂ ਬਾਅਦ ਦੇ ਵਿੱਚ ਬਹੁਤ ਸਾਰੇ ਵੱਖੋ ਵੱਖਰੀਆਂ ਬੈਕਗਰਾਊਂਡਸ ਵਾਲੇ ਲੋਕਾਂ ਦੇ ਨਾਲ ਉਹਨਾਂ ਦੀ ਇਨਪੁੱਟ ਲੈਣ ਤੋਂ ਬਾਅਦ ਦੇ ਵਿੱਚ ਸੁਪਰੀਮ ਕੋਰਟ ਦੇ ਨੋਮੀਨੇਸ਼ਨ ਦੇ ਲਈ ਜਿਹੜਾ ਆ ਉਹ ਚੁਣਿਆ ਆ, ਅਤੇ ਕਹਿੰਦੇ ਵੀ ਮੈਂ ਬਹੁਤ ਗ੍ਰੇਟਫੁਲ ਹਾਂ ਇਹਨਾਂ ਦਾ, ਮੈਂ ਬਹੁਤ ਹੰਬਲ ਹਾਂ, ਬਹੁਤ ਧੰਨਵਾਦ ਜਿਹੜਾ ਬੇਸਿਕਲੀ ਕਰਦੇ ਆ ਵੀ ਜਿਹੜਾ ਉਹਨਾਂ ਨੇ ਵਿਸ਼ਵਾਸ ਮੇਰੇ ਵਿੱਚ ਜਿਤਾਇਆ ਆ, ਅਤੇ ਕਹਿੰਦੇ ਪੂਰੀ ਕੋਸ਼ਿਸ਼ ਜਿਹੜੀ ਆ ਮੇਰੀ ਰਹੇਗੀ ਜੇ ਮੈਂ ਸੁਪਰੀਮ ਕੋਰਟ ਦਾ ਜਸਟਿਸ ਬਣਦਾ ਹਾਂ, ਅਤੇ ਆਪਣੇ ਕੰਸਟੀਟਿਊਸ਼ਨ ਨੂੰ ਮੁੱਖ ਰੱਖਦੇ ਹੋਏ ਉਸ ਨੂੰ ਜਿਹੜਾ ਆ ਲਾਗੂ ਕਰ ਸਕੀਏ ਜੀ। ਬਿਲਕੁਲ, ਸੋ ਇਹਦੇ ਸੰਬੰਧ ਵਿੱਚ ਪ੍ਰੈਜੀਡੈਂਟ ਟਰੰਪ ਨੇ ਸਾਰੇ ਸੈਨੇਟਰਸ ਜਿਹੜੇ ਹੈਗੇ ਆ ਉਹਨਾਂ ਨੂੰ ਬੁਲਾਇਆ ਵੀ ਹੈਗਾ ਵੀ ਮੀਟਿੰਗ ਕਰੋ, ਇਨਕਲੂਡਿੰਗ ਜਿਹੜੇ ਡੈਮੋਕ੍ਰੇਟਸ ਵੀ ਹੈਗੇ ਆ। ਅਤੇ ਜਿਹੜੇ ਸੈਨੇਟਰ ਰੈਂਡ ਪੌਲ ਆ ਉਹਨਾਂ ਨੇ ਆਪਣੇ ਜਿਹੜੇ ਕੰਸਰਨ ਆ ਉਹ ਕੁਛ ਕੁ ਦੱਸੇ ਹੈਗੇ ਆ ਕੈਬਨੋ ਦੇ ਜਿਹੜੇ ਅਗੇਂਸਟ। ਉਹ ਕਹਿੰਦੇ ਪਈ ਇਹਨਾਂ ਨੇ ਪਿੱਛੇ ਜਿਹੇ ਇੱਕ ਗਵਰਨਮੈਂਟ ਮੈਟਾ ਡਾਟਾ ਕਮਿਊਨੀਕੇਸ਼ਨ ਕਲੈਕਸ਼ਨ ਪ੍ਰੈਕਟਿਸ ਜਿਹੜੀ ਸੀ ਉਹਦੇ ਹੱਕ ਦੇ ਵਿੱਚ ਫੈਸਲਾ ਦਿੱਤਾ ਸੀ, ਕਹਿੰਦੇ ਪਈ ਇਹ ਵਾਇਲੇਸ਼ਨ ਨਹੀਂ ਹੈਗੀ ਕੋਨਸਟੀਟਿਊਸ਼ਨ ਦਾ ਜਿਹੜਾ ਚੌਥਾ ਅਮੈਂਡਮੈਂਟ ਹੈਗਾ, ਫੋਰਥ ਅਮੈਂਡਮੈਂਟ। ਅਤੇ ਪੌਲ ਰੈਂਡ ਜਿਹੜੇ ਆ ਉਹ ਪੂਰੀ ਤਰ੍ਹਾਂ ਉਹਦੇ ਨਾਲ ਡਿਸਐਗਰੀ ਕਰਦੇ ਹੈਗੇ ਆ। ਉਹ ਕਹਿੰਦੇ ਵੀ ਮੈਂ ਮੀਟਿੰਗ ਵਿੱਚ ਤਾਂ ਨਹੀਂ ਜਾਊਂਗਾ, ਪਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਹੀਅਰਿੰਗ ਹੋਣੀ ਹੈਗੀ ਆ ਉਹਦੇ ਵਿੱਚ ਇਸ ਜੱਜ ਦੇ ਪੂਰੇ ਰੈਕਰਡਸ ਜਿਹੜੇ ਆ ਉਹਨੂੰ ਮੈਂ ਰਿਵਿਊ ਕਰੂੰਗਾ, ਪਲੱਸ ਪਰਸਨਲੀ ਜਿਹੜੇ ਜੱਜ ਕੈਵਨੋ ਹੈਗੇ ਆ ਉਹਨਾਂ ਨੂੰ ਓਪਨ ਮਾਈਂਡ ਦੇ ਨਾਲ ਮਿਲੂੰਗਾ ਵੀ ਇਹ ਮੇਰੇ ਕੰਸਰਨ ਹੈਗੇ ਆ, ਇਹਦੇ ਵਿੱਚ ਤੁਹਾਡਾ ਕੀ ਸਟੈਂਡ ਹੈਗਾ ਆ। ਅਤੇ ਇਸੇ ਤਰ੍ਹਾਂ ਜਿਹੜੇ ਡੈਮੋਕ੍ਰੇਟ ਸੈਨੇਟਰ ਜੋ ਮੈਂਚਿਨ ਹੈਗੇ ਆ, ਜੋ ਡੋਨਲੀ ਹੈਗੇ ਆ ਅਤੇ ਹੈਡੀ ਹਿੱਟ ਕੈਂਪ ਹੈਗੇ ਆ, ਉਹਨਾਂ ਨੇ ਜਿਹੜੀ ਆ ਪ੍ਰੈਜੀਡੈਂਟ ਟਰੰਪ ਦੀ ਪਹਿਲੀ ਨੋਮੀਨੇਸ਼ਨ ਸੀ ਨੀਲ ਗੌਰਸਚ ਉਹਨੂੰ ਜਿਹੜਾ ਵੋਟ ਪਾਈ ਸੀ, ਕਿਉਂਕਿ ਨੀਲ ਗੌਰਸਚ ਦੇ ਵੇਲੇ ਇਹ ਚੱਕਰ ਸੀ ਜਿਸ ਜੱਜ ਨੂੰ ਉਹ ਰਿਪਲੇਸ ਕਰ ਰਿਹਾ ਸੀ ਉਹ ਵੀ ਕੰਜ਼ਰਵੇਟਿਵ ਸੀ ਅਤੇ ਨੀਲ ਗੌਰਸਚ ਵੀ ਜਿਹੜਾ ਕੰਜ਼ਰਵੇਟਿਵ ਸੀ। ਹੁਣ ਜਿਹੜੇ ਜੱਜ ਦੇ ਜਗ੍ਹਾ ਹੋ ਰਹੇ ਆ ਉਹ ਪਹਿਲਾਂ ਫੁੱਲੀ ਜਿੱਦਾਂ ਕੰਜ਼ਰਵੇਟਿਵ ਨਹੀਂ ਸੀ ਅਤੇ ਹੁਣ ਸਵਿੰਗ ਵੋਟ ਸੀ, ਸਵਿੰਗ ਵੋਟ ਸੀ। ਸੋ ਜਿਹੜੇ ਇਹ ਜੱਜ ਦੇ ਕੈਂਡੀਡੇਟ ਹੈਗੇ ਆ ਇਹ ਪੂਰੀ ਤਰ੍ਹਾਂ ਕੰਜ਼ਰਵੇਟਿਵ ਹੈਗੇ ਆ। ਸੋ ਇਹ ਜਿਹੜੀ ਫਾਈਟ ਆ ਇਹ ਕਾਫੀ ਹੋਵੇਗੀ ਜਿਹੜੀ ਜਦੋਂ ਹੀਅਰਿੰਗ ਹੋਣੀ ਹੈਗੀ ਆ। ਬਿਲਕੁਲ, ਹੀਅਰਿੰਗ ਹੋਣੀ ਆ ਅਤੇ ਨਾਲ ਦੇ ਨਾਲ ਜਦੋਂ ਖਾਸ ਕਰਕੇ ਅਪਰੂਵਲ ਦੇ ਲਈ ਸੈਨੇਟ ਦੇ ਵਿੱਚ ਜਾਣਾ ਹੈ ਅਤੇ ਚੰਗੀ ਲੜਾਈ ਜਿਹੜੀ ਆ ਉਹ ਦੇਖਣ ਨੂੰ ਜਿਹੜੀ ਉੱਥੇ ਮਿਲ ਸਕਦੀ ਆ।
ਦੇਖਦੇ ਹਾਂ ਜਿਹੜਾ ਇਸ ਦੇ ਵਿੱਚ ਕੀ ਬਣੂਗਾ। ਡੈਮੋਕ੍ਰੇਟ ਪਾਰਟੀ ਦੇ ਜਿੱਦਾਂ ਦੱਸਿਆ ਹੀ ਆ ਵੀ ਚੱਕ ਸ਼ੂਮਰ ਜਿਹੜੇ ਸੈਨੇਟ ਮਾਈਨੋਰਟੀ ਲੀਡਰ ਨੇ ਉਹਨਾਂ ਨੇ ਕਹਿ ਹੀ ਦਿੱਤਾ ਵੀ ਸਾਡੀ ਜਿਹੜੀ ਜੰਗ ਲੜਾਈ ਆ ਜਿਹੜੀ ਆ ਇਸ ਚੀਜ਼ ਦੇ ਵਿੱਚ ਜਿਹੜੀ ਸ਼ੁਰੂ ਹੋ ਚੁੱਕੀ ਆ। ਜੈਫ ਮਰਕਲੇ ਓਰੇਗਨ ਤੋਂ ਜਿਹੜੇ ਡੈਮੋਕ੍ਰੇਟ ਨੇ ਉਹਨਾਂ ਨੇ ਤਾਂ ਇਹ ਕਹਿ ਦਿੱਤਾ ਆ ਵੀ ਕਹਿੰਦੇ ਵੀ ਜੇ ਰੋ ਵਰਸਿਜ਼ ਵੇਡ ਜੇ ਇਹਨਾਂ ਦੇ ਬਣਨ ਦੇ ਨਾਲ ਉਹ ਓਵਰਟਰਨ ਹੁੰਦਾ ਆ ਅਤੇ ਕਹਿੰਦੇ ਅਬੋਰਸ਼ਨ ਅਤੇ ਫੋਰਮਸ ਆਫ ਕੰਟਰਾਸੈਪਸ਼ਨ ਉਹ ਕ੍ਰਿਮੀਨਲਾਈਜ਼ ਜਿਹੜੇ ਆ ਉਹ ਕਰ ਸਕਦੇ ਨੇ ਅਤੇ ਕਹਿੰਦੇ ਜਿੰਨੇ ਵੀ ਅਮੈਰੀਕਨਸ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਵਾਲੇ ਆ ਉਹ ਤਾਂ ਜਿਹੜੀਆਂ ਲਾਈਫ ਸੇਵਿੰਗ ਹੈਲਥ ਕੇਅਰ ਆ ਉਹ ਲੂਜ਼ ਕਰ ਸਕਦੇ ਨੇ। ਮੈਰਿਜ ਇਕੁਐਲਿਟੀ ਜਿਹੜੀ ਆ ਕੇਸ ਜਿਹੜਾ ਸੀਗਾ ਜਿਹੜੇ ਜਿਹਦਾ ਅਲਾਊ ਕਰ ਦਿੱਤਾ ਗਿਆ ਸੀਗਾ ਗੇ ਲੈਸਬੀਅਨ ਜਾਂ ਐਲ ਜੀ ਬੀ ਟੀ ਵਾਲਿਆਂ ਦੇ ਜਿਹੜੇ ਰਾਈਟ ਸੀਗੇ ਉਹਨਾਂ ਨੂੰ ਵਿਆਹ ਕਰਨ ਦਾ ਅਤੇ ਉਹ ਵੀ ਓਵਰਟਰਨ ਕੀਤਾ ਜਾ ਸਕਦਾ। ਰੇਸ਼ੀਅਲ ਇਨਇਕੁਐਲਿਟੀ ਜਿਹੜੀ ਆ ਉਹ ਵੱਧ ਸਕਦੀ ਆ ਅਤੇ ਵੋਟਰ ਸਪਰੈਸ਼ਨ ਜਿਹੜੀ ਆ ਉਹ ਹੋਰ ਜ਼ਿਆਦਾ ਵੱਧ ਸਕਦੀ ਆ ਜੇ ਇਹਨਾਂ ਨੂੰ ਇੱਕ ਹਿਸਾਬ ਦੇ ਨਾਲ ਉੱਥੇ ਜਸਟਿਸ ਜਿਹੜਾ ਲਾ ਦਿੱਤਾ ਜਾਂਦਾ। ਚਲੋ ਉਹਨਾਂ ਦਾ ਡਰ ਵੀ ਆਪਣਾ ਜਿਹੜਾ ਸੁਭਾਵਿਕ ਜਿਹੜਾ ਹੋ ਸਕਦਾ ਆ ਅਤੇ ਖਾਸ ਕਰਕੇ ਕਿਉਂਕਿ ਦੂਜੀ ਪਾਰਟੀ ਦੇ ਆ ਅਤੇ ਉਦੋਂ ਫਿਰ ਜ਼ਿਆਦਾ ਇੱਦਾਂ ਦੀਆਂ ਗੱਲਾਂ ਜਿਹੜੀਆਂ ਉਹ ਸਾਹਮਣੇ ਡੈਫੀਨੇਟਲੀ ਆਉਂਦੀਆਂ। ਪਰ ਇਹ ਬਹੁਤ ਇਤਿਹਾਸਿਕ ਚੀਜ਼ ਆ ਵੀ ਜਿਹੜੇ ਇੱਕ ਰਾਸ਼ਟਰਪਤੀ ਜਿਹੜੇ ਦੋ ਜਸਟਿਸ ਆਪਣੇ ਕਾਰਜਕਾਲ ਦੇ ਦੌਰਾਨ ਜਿਹੜੇ ਲਾ ਰਹੇ ਨੇ ਅਤੇ ਜੇ ਅਗਲੀ ਵਾਰੀ ਵੀ ਇਹ ਦੁਬਾਰਾ ਰੀਇਲੈਕਟ ਹੋ ਜਾਂਦੇ ਨੇ ਅਤੇ ਬਹੁਤ ਸਾਰੇ ਹੋਰ ਬਜ਼ੁਰਗ ਜਿਹੜੇ ਜਸਟਿਸਿਸ ਵੀ ਹੈਗੇ ਨੇ ਜਿਹੜੇ 90 ਦੇ ਇਰਦ ਗਿਰਦ ਪਹੁੰਚੇ ਹੋਏ ਨੇ ਹੋ ਸਕਦਾ ਵੀ ਆਉਣ ਵਾਲੇ 6 ਸਾਲਾਂ ਦੇ ਵਿੱਚ ਉਹਨਾਂ ਵਿੱਚੋਂ ਵੀ ਇੱਕ ਅੱਧਾ ਜਿਹੜਾ ਹੋਰ ਰਿਟਾਇਰ ਜਿਹੜਾ ਆ ਉਹ ਹੋ ਜਾਊਗਾ ਅਤੇ ਆਈ ਥਿੰਕ ਇਤਿਹਾਸ ਦੇ ਵਿੱਚ ਇਹ ਹੋਊਗਾ ਵੀ ਰਾਸ਼ਟਰਪਤੀ ਟਰੰਪ ਦੇ ਹੱਥ ਦੇ ਵਿੱਚ ਆਉਣ ਵਾਲੇ ਜਿਹੜੇ 50 ਸਾਲ ਆ ਖਾਸ ਕਰਕੇ ਸੁਪਰੀਮ ਕੋਰਟ ਉਹ ਇਹਨਾਂ ਉੱਤੇ ਜਿਹੜੇ ਉਹ ਛੱਡ ਕੇ ਜਾਣਗੇ। ਸੋ ਲੈਟਸ ਸੀ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਆ ਪਰ ਕੀ ਬਣਦਾ ਹੈ। ਸੋ ਇਸ ਤਰ੍ਹਾਂ ਕਹਿੰਦੇ ਜਿਹੜੇ ਪ੍ਰੈਜੀਡੈਂਟ ਟਰੰਪ ਆ ਉਹਨਾਂ ਦਾ ਗੋਲ ਇਹ ਆ ਜਿਹੜੇ ਨੋਮੀਨੇ ਹੈਗੇ ਆ ਕੈਵਨੋ ਉਹਨਾਂ ਦੀ ਜਿਹੜੀ ਕਨਫਰਮੇਸ਼ਨ ਆ ਮਿਡ ਸਪਟੰਬਰ ਤੱਕ ਹੋ ਜਾਏ ਕਿਉਂਕਿ ਜਿਹੜਾ ਸੁਪਰੀਮ ਕੋਰਟ ਦਾ ਜਿਹੜਾ ਸੈਸ਼ਨ ਹੈਗਾ ਆ ਅਕਤੂਬਰ ਦੇ ਸ਼ੁਰੂ ਦੇ ਵਿੱਚ ਸ਼ੁਰੂ ਹੋਣਾ ਹੈਗਾ ਆ ਅਤੇ ਵੋਟਰਸ ਨੇ ਨਵੰਬਰ ਦੇ ਵਿੱਚ ਡਿਸਾਈਡ ਕਰਨਾ ਹੈਗਾ ਆ ਜਦੋਂ ਇਲੈਕਸ਼ਨ ਹੋਣੀ ਆ ਵੀ ਸੈਨੇਟ ਦੇ ਵਿੱਚ ਰਿਪਬਲਿਕਨ ਦੀ ਮੈਜੋਰਟੀ ਰਹਿੰਦੀ ਆ ਕਿ ਨਹੀਂ ਕਾਂਗਰਸ ਦੇ ਵਿੱਚ ਮੈਜੋਰਟੀ ਰਹਿੰਦੀ ਆ ਕਿ ਨਹੀਂ। ਸੋ ਇਸੇ ਕਰਕੇ ਜਿਹੜਾ ਪ੍ਰੈਜੀਡੈਂਟ ਟਰੰਪ ਆ ਉਹ ਚਾਹੁੰਦੇ ਹੈਗੇ ਆ ਵੀ ਜਿਹੜੀਆਂ ਆਉਣ ਵਾਲੀਆਂ ਇਲੈਕਸ਼ਨਸ ਹੈਗੀਆਂ ਉਹ ਤੋਂ ਪਹਿਲਾਂ ਹੀ ਜਿਹੜੀ ਆ ਜੱਜ ਜਿਹੜਾ ਕੈਬਨੋ ਆ ਉਹਨਾਂ ਦੀ ਕਨਫਰਮੇਸ਼ਨ ਹੋ ਜਾਏ। ਜੀ 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 ਅਤੇ ਹਰਜੋਤ ਸਿੰਘ ਜੀ ਆਪਾਂ ਇੱਥੇ ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਕੇ ਵਾਪਸ ਆਉਂਦੇ ਹਾਂ। ਅਤੇ ਰਾਸ਼ਟਰਪਤੀ ਟਰੰਪ ਨਾਟੋ ਦੇ ਜਿਹੜੇ ਆ ਉਹਨਾਂ ਨੂੰ ਮਿਲਣ ਦੇ ਲਈ ਪਹੁੰਚੇ ਆ, ਉਸ ਤੋਂ ਬਾਅਦ ਦੇ ਵਿੱਚ ਜਿਹੜੇ ਆ ਰਾਸ਼ਟਰਪਤੀ ਪੁਤਿਨ ਰਸ਼ੀਆ ਦੇ ਆ ਉਹਨਾਂ ਦੇ ਨਾਲ ਮੁਲਾਕਾਤ ਵੀ ਜਿਹੜੀ ਉਹਨਾਂ ਨੇ ਕਰਨੀ ਆ, ਉਸ ਫੇਰੀ ਦੇ ਵਿੱਚ ਕੀ ਹੋ ਸਕਦਾ ਆ, ਕੀ ਸੰਭਾਵਨਾਵਾਂ ਨੇ, ਉਸ ਦੇ ਬਾਰੇ ਜਿਹੜੀਆਂ ਆਪਾਂ ਜਾਣਕਾਰੀਆਂ ਜਿਹੜੀਆਂ ਉਹ ਸਾਂਝੀਆਂ ਕਰਾਂਗੇ, ਉਹ ਗੱਲਾਂ ਬਾਤਾਂ ਕਰਾਂਗੇ। ਅਤੇ ਨਾਲ ਹੀ ਸਰੋਤਿਆਂ ਨੂੰ ਵੀ ਬੇਨਤੀ ਕਰਦੇ ਹਾਂ ਵੀ ਜੇ ਤੁਹਾਡਾ ਇਸ ਤਰ੍ਹਾਂ ਦੇ ਪ੍ਰਤੀ ਇਸ ਜਿਹੜੇ ਜਸਟਿਸ ਦਾ ਜਿਹਨਾਂ ਦਾ ਨਾਮ ਆਇਆ ਆ ਬ੍ਰੈਟ ਕੈਵਨਾ ਉਹਨਾਂ ਦੇ ਪ੍ਰਤੀ ਸੁਪਰੀਮ ਕੋਰਟ ਜਿਹੜਾ ਮੋਰ ਕੰਜ਼ਰਵੇਟਿਵ ਵਾਲੇ ਪਾਸੇ ਨੂੰ ਜਾ ਰਿਹਾ, ਜੇ ਉਹਦੇ ਉੱਤੇ ਵੀ ਤੁਹਾਡਾ ਕੋਈ ਵਿਚਾਰ ਹੈਗਾ ਤੁਸੀਂ ਵੀ ਆਪਣੇ ਜ਼ਰੂਰ ਸ਼ੇਅਰ ਕਰ ਸਕਦੇ ਹਾਂ ਕਿਉਂਕਿ ਇਹ ਇਹਨਾਂ ਨੇ ਜਿਹੜੇ ਫੈਸਲੇ ਚਲਾਉਣੇ ਆ ਹਰ ਇੱਕ ਅਮਰੀਕੀ ਜਿਹੜਾ ਵੱਸ ਰਿਹਾ ਆ ਅਮਰੀਕਾ ਦੇ ਵਿੱਚ ਰਹਿ ਰਿਹਾ ਆ, ਚਾਹੇ ਉਹ ਗ੍ਰੀਨ ਕਾਰਡ ਵਾਲਾ ਆ, ਚਾਹੇ ਉਹ ਸਿਟੀਜ਼ਨ ਆ, ਚਾਹੇ ਕੋਈ ਵੀ ਆ, ਹਰ ਇੱਕ ਦੇ ਉੱਤੇ ਜਿਹੜਾ ਉਸਦਾ ਅਸਰ ਪੈਣਾ ਹੀ ਪੈਣਾ। ਬਿਲਕੁਲ, ਹੈਲਥ ਇੰਸ਼ੋਰੈਂਸ 'ਤੇ ਪੈ ਸਕਦਾ ਕਿਉਂਕਿ ਓਵਰਟਰਨ ਹੋ ਸਕਦੀ ਹੈ ਓਬਾਮਾ ਕੇਅਰ, ਉਹਦੇ ਵਿੱਚ ਸਾਰਿਆਂ ਨੂੰ ਪਤਾ ਵੀ ਜਿਹੜੇ ਕਾਫੀ ਲੰਬੇ ਸਮੇਂ ਤੋਂ USA 'ਚ ਰਹਿੰਦੇ ਆ, ਅਗਰ ਤੁਹਾਡੇ ਕੋਲ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਹੁੰਦੀ ਸੀ, ਈਵਨ ਥੋੜ੍ਹੀ ਜਿਹੀ ਵੀ ਕਿਸੇ ਨੂੰ ਬਲੱਡ ਪ੍ਰੈਸ਼ਰ ਹੁੰਦਾ ਸੀ ਜਾਂ ਈਵਨ ਡਾਇਬਿਟਿਕ ਹੁੰਦਾ ਸੀ ਤਾਂ ਤੁਹਾਨੂੰ ਹੈਲਥ ਇੰਸ਼ੋਰੈਂਸ ਨਹੀਂ ਮਿਲਦੀ ਸੀ ਇੰਡੀਵਿਜੁਅਲੀ। ਸੋ ਉਹ ਜਦੋਂ ਪ੍ਰੈਜੀਡੈਂਟ ਓਬਾਮਾ ਆ ਉਹਨਾਂ ਨੇ ਜਦੋਂ ਓਬਾਮਾ ਕੇਅਰ ਨੂੰ ਲਾਗੂ ਕੀਤਾ ਉਹਦੇ ਵਿੱਚ ਇਹ ਕਲੋਜ਼ ਪਾਇਆ ਗਿਆ ਸੀ ਵੀ ਜਿਹੜੀ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਆ ਜਿਸ ਨੂੰ ਕਿ ਕੋਈ ਵੀ ਇੰਸ਼ੋਰੈਂਸ ਕੰਪਨੀ ਲਾਈਕ ਨਹੀਂ ਕਰਦੀ ਕਿਉਂਕਿ ਉਹਨਾਂ ਦੇ ਪੈਸੇ ਬਹੁਤ ਸਪੈਂਡ ਹੁੰਦੇ ਆ, ਵੀ ਉਹਨੂੰ ਇਹਦੇ ਵਿੱਚ ਇਨਕਲੂਡ ਨਾ ਕੀਤਾ ਜਾਵੇ। ਸੋ ਕਿਸੇ ਤਰ੍ਹਾਂ ਦੀ ਵੀ ਕੋਈ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਆ ਬੰਦੇ ਕੋਲ ਉਹਨੂੰ ਹੈਲਥ ਇੰਸ਼ੋਰੈਂਸ ਮਿਲੂਗੀ ਅਤੇ ਉਹਦਾ ਰੇਟ ਵੀ ਸੇਮ ਹੋਊਗਾ ਬਾਕੀਆਂ ਦੇ ਮੁਕਾਬਲੇ, ਉਸ ਦੀ ਹੈਲਥ ਦੇ ਬੇਸ ਦੇ ਉੱਤੇ ਜਿਹੜੀ ਆ ਰੇਟ ਡਿਸਾਈਡ ਨਹੀਂ ਹੋਏਗਾ। ਸੋ ਇਹ ਕਾਫੀ ਸਾਰੇ ਇਸ਼ੂਜ਼ ਜਿਹੜੇ ਹੈਗੇ ਆ ਉਹ ਆਉਣੇ ਹੈਗੇ ਆ ਜੇ ਇਹ ਜੱਜ ਜਦੋਂ ਕਨਫਰਮ ਹੋ ਜਾਂਦੇ ਆ ਅਤੇ ਕੰਜ਼ਰਵੇਟਿਵਸ ਦੀ ਪੂਰੀ ਤਰ੍ਹਾਂ ਜਿਹੜੀ ਮੈਜੋਰਟੀ ਆ ਸੁਪਰੀਮ ਕੋਰਟ 'ਚ ਹੋ ਜਾਣੀ ਆ ਅਤੇ ਆਉਣ ਵਾਲੇ 30-35 ਸਾਲ ਜਿਹੜੇ ਆ ਡਿਸੀਜਨ ਆ ਉਹ ਕਿੱਧਰ ਨੂੰ ਜਾਊਗੇ ਇਹ ਇਹਨਾਂ ਦੀ ਕਨਫਰਮੇਸ਼ਨ 'ਤੇ ਡਿਪੈਂਡ ਕਰਦਾ ਹੈਗਾ ਜੀ। ਅਤੇ ਮਿਲਾਂਗੇ ਆਪਾਂ ਆਪਣੇ ਸਰੋਤਿਆਂ ਨੂੰ ਇੱਕ ਬ੍ਰੇਕ ਤੋਂ ਬਾਅਦ 'ਚ। ਜੀ
ਮਿਰਾਜ ਬੈਂਕਟ ਹਾਲ ਸੈਕਰਾਮੈਂਟੋ ਵਾਲੇ ਆਪਣੀ 5ਵੀਂ ਵਰੇਗੰਢ ਦੇ ਮੌਕੇ ਤੇ ਪੇਸ਼ ਕਰਦੇ ਨੇ ਬੰਪਰ ਆਫਰ, ਜਿਹੜਾ ਨਾ ਹੀ ਤੁਸੀਂ ਕਦੇ ਸੁਣਿਆ ਹੋਵੇਗਾ ਤੇ ਨਾ ਹੀ ਦੇਖਿਆ ਹੋਵੇਗਾ। 300 ਬੰਦਿਆਂ ਦਾ ਹਾਲ ਅਤੇ ਲਾਜਵਾਬ ਕੇਟਰਿੰਗ ਸਿਰਫ 29.99 ਪਰ ਪਰਸਨ ਦੇ ਹਿਸਾਬ ਦੇ ਨਾਲ, ਅਤੇ ਇਹ ਆਫਰ ਹਫਤੇ ਦੇ 7 ਦਿਨ ਅਵੇਲੇਬਲ ਹੈ। ਕਿਸੇ ਵੀ ਤਰ੍ਹਾਂ ਦਾ ਕੋਈ ਵੱਖਰਾ ਰੈਂਟ ਚਾਰਜ ਨਹੀਂ ਕੀਤਾ ਜਾਵੇਗਾ, ਅਤੇ ਇਹ ਆਫਰ 30 ਜੁਲਾਈ 2018 ਤੱਕ ਸੀਮਿਤ ਹੈ। ਜਲਦੀ ਤੋਂ ਜਲਦੀ ਇਸ ਆਫਰ ਦਾ ਲਾਭ ਉਠਾਉਣ ਦੇ ਲਈ ਗੱਲ ਕਰ ਸਕਦੇ ਹੋ 9168656659 ਜਾਂ ਫਿਰ 2095000001 916-865-6669 ਜਾਂ ਫਿਰ 209-500-0001 ਮਿਰਾਜ ਬੈਂਕਟ ਹਾਲ ਸੈਕਰਾਮੈਂਟੋ। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ, ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਇਸ ਦੇ ਬਾਰੇ ਕੋਈ ਵੀ ਜਾਣਕਾਰੀ ਲਈ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408-272-2500। ਹਾਂਜੀ ਜਨਾਬ, ਕਿੱਥੇ ਚੱਲੇ ਹੋ? ਬਸ ਜੀ, ਇੱਕ ਘਰ ਪਸੰਦ ਆਇਆ, ਉਸੇ ਦੀ ਆਫਰ ਪੜਨ ਚੱਲਿਆ। ਅੱਛਾ, ਲੋਨ ਅਪਰੂਵਲ ਲੈਟਰ ਤਾਂ ਹੈ ਨਾ ਤੁਹਾਡੇ ਕੋਲ? ਨਹੀਂ। ਤੇ ਫਿਰ ਕੋਈ ਤੁਹਾਨੂੰ ਘਰ ਨਹੀਂ ਦਿਖਾਉਣ ਲੱਗਾ? ਮੈਂ ਹੁਣ ਕੀ ਕਰੂੰਗਾ, ਮੇਰਾ ਘਰ ਦਾ ਸੁਪਨਾ ਕਿੱਦਾਂ ਪੂਰਾ ਹੋਏਗਾ? ਤੁਹਾਨੂੰ ਲੋੜ ਹੈ ਇੱਕ ਤਜਰਬੇਕਾਰ ਤੇ ਲੋਕਲ ਲੋਨ ਆਫਿਸਰ ਦੀ। ਮੋਹਨ ਸਿੰਘ ਚੀਮਾ ਕੋਲ ਚਲੇ ਜਾਓ ਜੋ ਤੁਹਾਨੂੰ ਮਦਦ ਕਰ ਸਕਦੇ ਨੇ। ਅੱਛਾ। ਹਾਂ, ਮੋਹਨ ਸਿੰਘ ਚੀਮਾ ਕਰਦੇ ਨੇ ਹਰ ਤਰ੍ਹਾਂ ਦੇ ਹੋਮ ਲੋਨ, ਚਾਹੇ ਤੁਸੀਂ ਘਰ ਪਹਿਲੀ ਵਾਰ ਲੈਣਾ ਹੋਵੇ ਜਾਂ ਦੂਜੀ ਵਾਰ, ਜਾਂ ਤੁਸੀਂ ਲੈਣਾ ਹੋਵੇ ਰੈਂਟਲ ਹੋਮ। ਇੰਨਾ ਹੀ ਨਹੀਂ, ਰੀਫਾਈਨੈਂਸਿੰਗ ਵੀ ਹੋ ਜਾਂਦੀ ਹੈ। ਫਟਾਫਟ ਜਾਓ ਤੇ ਲਿਆਓ ਆਪਣਾ ਪ੍ਰੀ ਅਪਰੂਵਲ ਲੈਟਰ ਅੱਜ ਹੀ। ਫੇਰ ਦਿਓ ਉਹਨਾਂ ਦਾ ਨੰਬਰ, ਅੱਜ ਹੀ ਮੈਂ ਮੋਹਨ ਸਿੰਘ ਚੀਮਾ ਕੋਲੋਂ ਅਪਰੂਵਲ ਲੈਟਰ ਲੈ ਕੇ ਆਉਣਾ। ਨੰਬਰ ਨੋਟ ਕਰ 5599052575, 5089905-2575, ਤੇ NMLS ID 6989952। ਕਾਰ ਲੈਣ ਦਾ ਸੁਪਨਾ ਪੂਰਾ ਕਰਨ ਲਈ ਯਾਦ ਰੱਖੋ ਇੱਕ ਹੀ ਨਾਮ, ਮੋਹਨ ਸਿੰਘ ਚੀਮਾ ਵਿਦ ਪਲੈਟੀਨਮ ਹੋਮ ਮੋਰਗੇਜ। 5599052575, 5089905-2575। ਪਲੈਟੀਨਮ ਹੋਮ ਮੋਰਗੇਜ ਕਾਰਪੋਰੇਸ਼ਨ ਇਜ਼ ਐਨ ਇਕੁਅਲ ਹਾਊਸਿੰਗ ਲੈਂਡਰ ਐਂਡ ਦ ਲੋਨ ਇਜ਼ ਸਬਜੈਕਟ ਟੂ ਕ੍ਰੈਡਿਟ ਅਪਰੂਵਲ। ਵਿਹਾਣੀਆਂ ਕੋਕਾ ਕੜਵਾ ਦੇ ਮਹਿਆ ਕੋਕਾ। ਮੈਂ ਕਿਹਾ ਸੁਣਦੇ ਨੀ ਜੀ, ਮੇਰੀਆਂ ਸਾਰੀਆਂ ਸਹੇਲੀਆਂ ਕੋਲ ਸੋਨੇ ਦੇ ਬੜੇ ਸੋਹਣੇ ਸੋਹਣੇ ਗਹਿਣੇ ਆ। ਇੱਕ ਮੈਂ ਹੀ ਆ ਜਿਹੜੀਆਂ ਪੁਰਾਣੀਆਂ ਜੀਆਂ ਵਾਲੀਆਂ ਪਾਈ ਫਿਰਦੀ ਨੂੰ ਕਿੰਨੇ ਸਾਲ ਹੋ ਗਏ ਆ। ਮੈਨੂੰ ਨੀ ਪਤਾ, ਮੈਨੂੰ ਵੀ ਸੋਹਣੇ ਸੋਹਣੇ ਗਹਿਣੇ ਬਣਵਾ ਕੇ ਦੋ। ਲੈ ਇਹ ਕਿਹੜੀ ਗੱਲ ਆ, ਤੂੰ ਚੱਲ ਬੱਗਾ ਜਵੈਲਰਸ ਦੇ, ਮੈਂ ਤੈਨੂੰ ਹੁਣੇ ਲੈ ਕੇ ਦਿੰਨਾ ਸੋਹਣੇ ਸੋਹਣੇ ਗਹਿਣੇ, ਫਿਰ ਦੇਖੀ ਤੇਰੀ ਵੀ ਸਹੇਲੀਆਂ ਚ ਟੌਰ ਬਣ ਜਾਊਗੀ। ਬੱਗਾ ਜਵੈਲਰਸ ਸੈਕਰਾਮੈਂਟੋ, ਜਿੱਥੋਂ ਖਰੀਦ ਸਕਦੇ ਹੋ ਵਿਆਹ ਸ਼ਾਦੀਆਂ ਲਈ ਖੂਬਸੂਰਤ ਗਹਿਣੇ ਤੇ ਨਾਲ ਹੀ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹੋ। ਵਿਆਹ ਸ਼ਾਦੀ ਜਾਂ ਕਿਸੇ ਵੀ ਇਵੈਂਟ ਤੇ ਡੈਕੋਰੇਸ਼ਨ ਵੀ ਕਰਦੇ ਹਨ ਤੇ ਹਰ ਤਰ੍ਹਾਂ ਦੇ ਕਸਟਮ ਗਹਿਣੇ ਤਿਆਰ ਕਰਵਾ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਕਰੋ ਜੌਨੀ ਜੀ ਨੂੰ 9169128842, 916-912-8842। ਪਤਾ ਨੋਟ ਕਰੋ 6930 65th Street, ਨੰਬਰ 115, ਚਾਈਨਾ ਟਾਊਨ ਸੁਪਰ ਮਾਰਕੀਟ ਸੈਕਰਾਮੈਂਟੋ। ਫੋਨ ਨੰਬਰ 916-912-8842, 9169128842, ਬੱਗਾ ਜਿਊਲਰਸ ਸੈਕਰਾਮੈਂਟੋ। ਪ੍ਰਾਈਡ ਸਟਾਫ ਵੁੱਡਲੈਂਡ ਵਾਲੇ PCP ਟੋਮੈਟੋ ਕੈਨਰੀ ਵੁੱਡਲੈਂਡ ਵਾਸਤੇ ਇਸ ਮੌਕੇ ਸੈਂਕੜੇ ਇੰਪਲਾਈਜ਼ ਹਾਇਰ ਕਰ ਰਹੇ ਹਨ, ਜਿਸ ਦੇ ਸੰਬੰਧ ਦੇ ਵਿੱਚ ਵੱਖ ਵੱਖ ਜਗ੍ਹਾ ਜੌਬ ਫੇਅਰਸ ਲੱਗਣਗੇ। 11 ਜੁਲਾਈ ਦਿਨ ਬੁੱਧਵਾਰ ਨੂੰ ਵੁੱਡਲੈਂਡ 1 Stop Center, 25 North Cottonwood Street, ਵੁੱਡਲੈਂਡ ਵਿਖੇ ਸਵੇਰੇ 9 to 12 ਵਜੇ ਤੱਕ, ਜੁਲਾਈ 5, ਜੁਲਾਈ 12, ਜੁਲਾਈ 19 ਤੇ ਜੁਲਾਈ 26 ਨੂੰ ਮਾਹਲ ਪਲਾਜ਼ਾ 1917 Franklin Road, ਯੂਨੀਵਰਸਿਟੀ, ਸ਼ਾਮੀ 6 to 7:30 ਵਜੇ ਤੱਕ। ਹਰ ਵੀਰਵਾਰ 5 ਜੁਲਾਈ ਤੋਂ ਦੁਪਹਿਰ 1 ਤੋਂ ਸ਼ਾਮ 4 ਵਜੇ ਤੱਕ ਸਟਰ ਕਾਉਂਟੀ 1 Stop 950 Tharp Road ਵਿਖੇ, ਤੇ ਹਰ ਬੁੱਧਵਾਰ 18 ਜੁਲਾਈ ਤੋਂ ਸਵੇਰੇ 9 ਤੋਂ ਦੁਪਹਿਰ 12 ਵਜੇ ਤੱਕ ਪ੍ਰਾਈਡ ਸਟਾਫ ਆਫਿਸ ਦੇ ਵਿੱਚ 78 West Court ਵੁੱਡਲੈਂਡ ਵਿਖੇ ਹੋਵੇਗਾ। ਹੋਰ ਜਾਣਕਾਰੀ ਲਈ ਕਾਲ ਪ੍ਰਾਈਡ ਸਟਾਫ ਆਫਿਸ 530-661-3305, 530-661-3405, 530-661-3405। ਸਵਸਥ ਤਨ ਵਿੱਚ ਸਵਸਥ ਮਨ ਦਾ ਵਾਸਾ ਹੁੰਦਾ ਹੈ, ਤੇ ਸਵਸਥ ਸਰੀਰ ਲਈ ਖੇਡਣਾ ਮਲਣਾ ਬਹੁਤ ਜ਼ਰੂਰੀ ਹੁੰਦਾ ਹੈ। ਇਸੇ ਭਾਵਨਾ ਨੂੰ ਲੈ ਕੇ ਸਿੱਖ ਸਪੋਰਟਸ ਐਸੋਸੀਏਸ਼ਨ ਆਫ USA ਵੱਲੋਂ ਹਰ ਸਾਲ ਗਰਮੀਆਂ ਵਿੱਚ ਖੇਡਾਂ ਦਾ ਆਯੋਜਨ ਕੀਤਾ ਜਾਂਦਾ ਹੈ। ਇਸ ਵਾਰ ਬਾਰਮੀਆਂ ਸਿੱਖ ਸਪੋਰਟਸ ਜੇਮਸ ਲੋਗਨ ਹਾਈ ਸਕੂਲ ਯੂਨੀਵਰਸਿਟੀ ਵਿੱਚ 21 ਤੇ 22 ਜੁਲਾਈ ਨੂੰ ਹੋ ਰਹੀਆਂ ਹਨ, ਜਿੱਥੇ ਹੋਣਗੀਆਂ ਫੀਲਡ ਹਾਕੀ, ਟੈਨਿਸ, ਵਾਲੀਬਾਲ, ਫਲੈਗ ਫੁੱਟਬਾਲ, ਸੋਕਰ, ਬਾਸਕਿਟਬਾਲ, ਕਬੱਡੀ ਤੇ ਟਰੈਕ ਐਂਡ ਫੀਲਡ ਵਰਗੀਆਂ ਖੇਡਾਂ। ਆਪਣੇ ਬੱਚਿਆਂ ਨੂੰ ਖੇਡਾਂ ਦੀ ਚੇਤਕ ਲਾਉਣ ਲਈ, ਉਹਨਾਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ, ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ, ਪਛਾਣੋ ਆਪਣਾ ਫਰਜ਼ ਤੇ ਪਹੁੰਚੋ ਪਰਿਵਾਰਾਂ ਸਮੇਤ। 21 ਤੇ 22 ਜੁਲਾਈ ਨੂੰ ਜੇਮਸ ਲੋਗਨ ਹਾਈ ਸਕੂਲ, 1808 Street, ਯੂਨੀਅਨ ਸਿਟੀ। ਵਧੇਰੇ ਜਾਣਕਾਰੀ ਲਈ ਕਾਲ ਕਰੋ 8664990032, ਯਾਨੀ ਕਿ 866-499-0032। ਰਜਿਸਟਰ ਯੂਰ ਟੀਮ sixsports.com।
You're listening to Punjabi Radio USA, KOBO Yuba City, 1450 AM, KIID Sacramento, 1470 AM, KWRU Fresno, 1300 AM. ਪੰਜਾਬੀ ਰੇਡੀਓ ਯੂਐਸ ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੇ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਸਰੋਤੇ ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਜੀ। ਧੰਨਵਾਦ ਜੀ ਇੱਕ ਵਾਰੀ ਫਿਰ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਅਤੇ ਅਗਲੀਆਂ ਜਿਹੜੀਆਂ ਆਪਾਂ ਹਰਜੋਤ ਸਿੰਘ ਜੀ ਖਬਰਾਂ ਉਸਦੇ ਵੱਲ ਵੱਧਦੇ ਹਾਂ ਤਾਂ ਜਿਹੜਾ ਦੱਸਦੇ ਜੀ ਵੀ ਰਾਸ਼ਟਰਪਤੀ ਟਰੰਪ ਜਿਹੜੇ ਆ ਯੂਰਪ ਦੇ ਦੌਰੇ ਵੱਲ ਨੂੰ ਰਵਾਨਾ ਹੋ ਚੁੱਕੇ ਨੇ। ਇਸ ਟਾਈਮ ਉਹ ਏਅਰਫੋਰਸ ਵਨ ਦੇ ਵਿੱਚ ਜਿਹੜੇ ਉਹ ਪਹੁੰਚ ਗਏ ਨੇ ਅਤੇ ਜਾ ਰਹੇ ਨੇ ਯੂਰਪ ਨੂੰ, ਜਿੱਥੇ ਕਿ ਨਾਟੋ ਦੇ ਜਿਹੜੇ ਹੈਗੇ ਨੇ ਬਾਕੀ ਸਾਰੇ ਮੁਲਕ ਉਹਨਾਂ ਦੇ ਜਿਹੜੇ ਲੀਡਰਸ ਆ ਕਹਿੰਦੇ ਉਹਨਾਂ ਦੇ ਨਾਲ ਜਿਹੜੀ ਉਹ ਮੁਲਾਕਾਤ ਕਰਨਗੇ। ਅਤੇ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਆ ਆਉਂਦੇ ਮੰਗਲਵਾਰ ਨੂੰ ਕਹਿੰਦੇ ਆ ਵੀ ਉਹਨਾਂ ਨੇ ਜਿਹੜੇ ਪੁਤਿਨ ਨੇ ਰਾਸ਼ਟਰਪਤੀ ਪੁਤਿਨ ਨੇ ਰਸ਼ੀਆ ਦੇ ਉਹਨਾਂ ਦੇ ਨਾਲ ਵੀ ਜਿਹੜੀ ਮੁਲਾਕਾਤ ਜਿਹੜੀ ਕਰਨੀ ਆ। ਨਾਟੋ ਦੇ ਉੱਤੇ ਕੱਲ੍ਹ ਤੋਂ ਕਾਫੀ ਜਿਹੜਾ ਨਜ਼ਲਾ ਆ ਉਹ ਝਾੜ ਰਹੇ ਨੇ, ਕਹਿੰਦੇ ਵੀ ਜਿਹੜੇ ਨਾਟੋ ਵਾਲੇ ਆ ਉਹਨਾਂ ਨੂੰ ਜਿਹੜਾ ਆਪੋ ਆਪਣਾ ਬਣਦਾ ਜਿਹੜਾ ਯੋਗਦਾਨ ਆ ਇਸ ਦੇ ਵਿੱਚ ਪਾਉਣਾ ਚਾਹੀਦਾ ਆ। ਅਮਰੀਕਾ ਹੁਣ ਤੁਹਾਨੂੰ ਬਚਾ ਬਚਾ ਕੇ ਉਸਨੇ ਕੀ ਜਿਹੜਾ ਇਸ ਦੇ ਵਿੱਚ ਖੱਟਿਆ ਆ, ਨੁਕਸਾਨ ਹੀ ਇੱਕ ਹਿਸਾਬ ਦੇ ਨਾਲ ਜਿਹੜਾ ਉਹਨਾਂ ਨੇ ਝੱਲਿਆ ਆ। ਖਾਸ ਕਰਕੇ ਜਿਹੜੇ ਜਰਮਨੀ ਦੇ ਜਿਹੜੇ ਚਾਂਸਲਰ ਆ ਐਂਜਲਾ ਮਾਰਕਲ ਉਹਨਾਂ ਦੇ ਨਾਲ ਕਾਫੀ ਇੱਕ ਹਿਸਾਬ ਦੇ ਨਾਲ ਜਿਹੜੀ ਉਹਨਾਂ ਦੀ ਅਣਬਣ ਜਿਹੜੀ ਆ ਉਹ ਕਾਫੀ ਲੰਬੇ ਸਮੇਂ ਤੋਂ ਜਿਹੜੀ ਕਹਿ ਸਕਦੇ ਹਾਂ ਵੀ ਉਹ ਚੱਲ ਰਹੀ ਆ। ਜਦਕਿ ਉਹ ਕਹਿ ਰਹੇ ਨੇ ਕਹਿੰਦੇ ਨੇ ਵੀ ਜਿਹੜੇ ਜਰਮਨੀ ਆ ਉਹਨਾਂ ਨੂੰ ਆਪਣਾ ਜ਼ਿਆਦਾ ਯੋਗਦਾਨ ਪਾਉਣਾ ਚਾਹੀਦਾ ਆ। ਇੱਕ ਸਮੇਂ ਦੇ ਤਾਂ ਉਹਨਾਂ ਨੇ ਜਿਹੜੇ 70-90% ਖਰਚਾ ਜਿਹੜਾ ਕਹਿੰਦੇ ਆ ਵੀ ਨਾਟੋ ਵਾਲਾ ਅਸੀਂ ਕਰਦੇ ਹਾਂ, ਪਰ ਇਸ ਚੀਜ਼ ਦੇ ਵਿੱਚ ਕਹਿੰਦੇ ਆ ਵੀ ਜਿਹੜਾ 22% ਤੱਕ ਲਿਮਿਟ ਹੈਗੀ ਆ ਕਿਸੇ ਵੀ ਇੱਕ ਮੁਲਕ ਦੀ, ਉਸ ਤੋਂ ਵੱਧ ਜਿਹੜਾ ਨਾਟੋ ਦੇ ਵਿੱਚ ਉਹਨਾਂ ਤੋਂ ਕਿਸੇ ਮੁਲਕ ਤੋਂ ਖਰਚਾ ਜਿਹੜਾ ਉਹ ਲਿਆ ਨਹੀਂ ਜਾ ਸਕਦਾ। ਸਾਰੇ ਜਾਣੇ ਹੈਰਾਨ ਸੀ ਵੀ ਇਹ ਰਾਸ਼ਟਰਪਤੀ ਨੇ ਪਤਾ ਨਹੀਂ ਤੱਥ ਕਿੱਥੋਂ ਜਿਹੜਾ ਆਪਣਾ ਹੀ ਅਲਟਰਨੇਟ ਫੈਕਟ ਜਿਹੜਾ ਉਹ ਕਿੱਥੋਂ ਕੱਢ ਲਿਆਂਦਾ ਸੀਗਾ। ਜੀ ਬਿਲਕੁਲ। ਸੋ ਨਾਟੋ ਦੇ ਜਿਹੜੇ ਮੁਲਕ ਹੈਗੇ ਆ ਉਹ ਇੱਕ ਤਰ੍ਹਾਂ ਨਾਲ ਅਪਸੈਟ ਨਜ਼ਰ ਆ ਰਹੇ ਆ, ਅਤੇ ਦੂਸਰੇ ਪਾਸੇ ਜਿਹੜੇ ਪ੍ਰੈਜੀਡੈਂਟ ਟਰੰਪ ਹੈਗੇ ਆ ਰਸ਼ੀਆ ਦੇ ਪ੍ਰੈਜੀਡੈਂਟ ਦੇ ਨਾਲ ਕਹਿੰਦੇ ਜੱਫੀਆਂ ਜੁੱਫੀਆਂ ਪਾ ਕੇ ਮਿਲਣਗੇ, ਅਤੇ ਇਹਦੇ ਵਿੱਚੋਂ ਰਿਜ਼ਲਟ ਕੀ ਨਿਕਲਦਾ ਮੈਨੂੰ ਤਾਂ ਇਹ ਲੱਗਦਾ ਵੀ ਪੂਰੀ ਦੁਨੀਆ 'ਚ ਇੱਕ ਤਰ੍ਹਾਂ ਨਾਲ ਅਪਹੇਵਲ ਜਿਹਾ ਹੋ ਰਿਹਾ। ਉੱਧਰ ਐਂਜਲਾ ਮਾਰਕਲ ਆ ਉਹਦੀ ਜੌਬ ਬੜੀ ਖਤਰੇ 'ਚ ਆ, ਉਹਦੀ ਜਿਹੜੀ ਕੋਲੀਸ਼ਨ ਸਰਕਾਰ ਆ ਉਹ ਵੀ ਉਹਦੀ ਲੱਤਾਂ ਖਿੱਚ ਰਹੀ ਆ ਵੀ ਜਿਹੜੀ ਇਮੀਗ੍ਰੇਸ਼ਨ ਆ ਉਹ ਟਾਈਟ ਹੋਣੀ ਚਾਹੀਦੀ ਆ। ਇੰਗਲੈਂਡ ਦੀ ਸਰਕਾਰ ਆਲਰੇਡੀ ਜਿਹੜੀ ਡਿੱਗਣ ਦੇ ਕਿਨਾਰੇ ਹੈਗੀ ਆ, ਉੱਥੇ ਦੇ ਕਈ ਮਿਨਿਸਟਰ ਪਿੱਛੇ ਰਿਜ਼ਾਈਨ ਵੀ ਕਰ ਗਏ ਸੀ, ਅਤੇ ਕਾਫੀ ਜਿਹੜਾ ਦੁਨੀਆ ਦੇ ਵਿੱਚ ਪੋਲੀਟੀਕਲੀ ਅਪਹੇਵਲ ਚੱਲ ਰਿਹਾ ਹੈਗਾ। ਅਤੇ ਦੂਸਰੇ ਪਾਸੇ ਪ੍ਰੈਜੀਡੈਂਟ ਡੋਨਲਡ ਟਰੰਪ ਆ ਉਹਨਾਂ ਨੇ ਟਵੀਟ ਕਰਕੇ ਕੱਲ੍ਹ ਕਿਹਾ ਹੈਗਾ ਵੀ ਮੇਰਾ ਜਿਹੜਾ ਕਿਮ ਜੋਂਗ ਉਨ ਆ ਉਹਦੇ 'ਤੇ ਪੂਰਾ ਯਕੀਨ ਹੈਗਾ, ਜੋ ਨੌਰਥ ਕੋਰੀਆ ਦਾ ਡਿਕਟੇਟਰ ਹੈਗਾ, ਵੀ ਉਹ ਜਿਹੜਾ ਸਾਡਾ ਕੌਂਟਰੈਕਟ ਸਾਈਨ ਹੋਇਆ ਸੀ ਅਤੇ ਪਲੱਸ ਸਾਡਾ ਜਿਹੜਾ ਹੈਂਡਸ਼ੇਕ ਹੋਇਆ ਸੀ ਉਹਨੂੰ ਓਨਰ ਕਰੇਗਾ। ਪਰ ਕਿਉਂਕਿ ਚਾਈਨਾ ਦੇ ਉੱਤੇ USA ਵੱਲੋਂ ਇੰਨਾ ਜ਼ਿਆਦਾ ਜਿਹੜਾ ਪ੍ਰੈਸ਼ਰ ਪਾਇਆ ਗਿਆ ਹੈਗਾ ਆ ਖਾਸ ਕਰਕੇ ਟ੍ਰੇਡ ਦੇ ਉੱਤੇ, ਅਤੇ ਚਾਈਨਾ ਵੀ ਜਿਹੜਾ ਕਾਫੀ ਉੱਧਰ ਨੌਰਥ ਕੋਰੀਆ ਦੇ ਵਿੱਚ ਇੰਟਰਫੀਰੈਂਸ ਕਰ ਰਿਹਾ ਹੈਗਾ, ਵੀ ਹੋ ਸਕਦਾ ਵੀ ਉਹ ਉਹਨਾਂ ਨੂੰ ਕਹਿ ਰਿਹਾ ਹੋਵੇ ਵੀ ਨਹੀਂ ਤੁਸੀਂ ਫਸੇ ਰਹੋ ਬਿਲਕੁਲ, ਅਤੇ ਤੁਹਾਨੂੰ ਕਿਸੇ ਤਰ੍ਹਾਂ ਦੀ ਝੁਕਣ ਦੀ ਜ਼ਰੂਰਤ ਨਹੀਂ ਹੈ। ਅਤੇ ਕਾਫੀ ਕੁਝ ਜਿਹੜਾ ਚੇਂਜ ਹੋ ਰਿਹਾ, ਇੱਕ ਟਾਈਮ 'ਤੇ ਤਾਂ ਪ੍ਰੈਜੀਡੈਂਟ ਟਰੰਪ ਨੇ ਸਟੇਟਮੈਂਟ ਵੀ ਦੇ ਦਿੱਤੀ ਸੀ ਵੀ ਹੁਣ ਸਾਨੂੰ ਸਾਰਿਆਂ ਨੂੰ ਬਿਨਾਂ ਕਿਸੇ ਡਰ ਤੋਂ ਸੌਜਣਾ ਚਾਹੀਦਾ, ਚਾਈਨਾ ਤੋਂ ਡਰਨਾ ਨਹੀਂ ਚਾਹੀਦਾ ਹੈਗਾ। ਪਰ ਜਦੋਂ ਮਾਈਕ ਪੈਂਪੇਓ ਜਿਹੜੇ ਹੈਗੇ ਆ ਸੈਕਟਰੀ, ਉਹਨਾਂ ਨੇ ਇਹ ਕਿਹਾ ਸੀ ਵੀ ਨਹੀਂ ਸਾਨੂੰ ਇੰਨੀ ਕਾਹਲੀ ਨਹੀਂ ਕਰਨੀ ਚਾਹੀਦੀ, ਵੀ ਉਹ ਲੱਗਦਾ ਨਹੀਂ ਵੀ ਉਹਨਾਂ ਦੇ ਹਜੇ ਜਿਹੜੇ ਲੱਛਣ ਆ ਉਹ ਚੇਂਜ ਹੋ ਰਹੇ ਆ ਨੌਰਥ ਕੋਰੀਆ ਦੇ। ਅਤੇ ਫਿਰ ਕਾਫੀ ਜਿਹੜਾ ਇੱਥੇ ਨਿਊਜ਼ ਹੋਟ ਜਿਹੜੀਆਂ ਹੀਟਡ ਨਿਊਜ਼ ਆਈਆਂ ਸੀ ਵੀ ਨਹੀਂ ਪ੍ਰੈਜੀਡੈਂਟ ਟਰੰਪ ਨੂੰ ਇੱਕਦਮ ਇੱਦਾਂ ਨਹੀਂ ਟਵੀਟ ਕਰਨਾ ਚਾਹੀਦਾ ਹੈਗਾ ਜਦੋਂ ਤੱਕ ਉੱਧਰੋਂ ਡੀਨਿਊਕਲੀਅਰਾਈਜੇਸ਼ਨ ਦੀ ਕਿਸੇ ਤਰ੍ਹਾਂ ਦੀ ਕੋਈ ਸੋਲਿਡ ਪਰੂਫ ਨੌਰਥ ਕੋਰੀਆ ਵੱਲੋਂ ਨਹੀਂ ਆਉਂਦਾ। ਬਿਲਕੁਲ, ਇਨਫੈਕਟ ਉਧਰੋਂ ਤਾਂ ਹਰਜੋਤ ਸਿੰਘ ਜੀ ਕਹਿੰਦੇ ਇੱਦਾਂ ਦੇ ਪਰੂਫ ਜਿਹੜੇ ਆ ਰਹੇ ਨੇ ਵੀ ਉਹਨਾਂ ਨੇ ਸਗੋਂ ਆਪਣੀ ਜਿਹੜੀ ਕਾਰਵਾਈਆਂ ਉੱਧਰ ਤੇਜ਼ ਕੀਤੀਆਂ ਹੋਈਆਂ ਨੇ ਨਿਊਕਲੀਅਰ ਪਲਾਂਟ ਦੇ ਜਿਹੜੇ ਆਪਣੇ ਇਰਦ ਗਿਰਦ। ਸੋ ਇੱਕ ਜਿਹੜੀ ਜਿਹੜੀ ਗਲਤੀ ਆਪਾਂ ਕਹਿ ਸਕਦੇ ਰਾਸ਼ਟਰਪਤੀ ਟਰੰਪ ਨੇ ਉਸ ਟਾਈਮ ਦੇ ਉੱਤੇ ਕਿਮ ਜੋਂਗ ਉਨ ਦੀ ਮੁਲਾਕਾਤ ਦੇ ਦੌਰਾਨ ਕੀਤੀ ਆ, ਬਹੁਤ ਸਾਰੇ ਲੋਕ ਕਹਿ ਰਹੇ ਆ ਵੀ ਇੱਦਾਂ ਜਿਹੜਾ ਆ ਉਹ ਨਾ ਜਿਹੜੀ ਰਾਸ਼ਟਰਪਤੀ ਜਿਹੜੇ ਪੁਤਿਨ ਦੇ ਨਾਲ ਮੁਲਾਕਾਤ ਕਰਨੀ ਉਦੋਂ ਨਾ ਕਹਿਣ, ਕਹਿੰਦੇ ਆਊਟ ਆਫ ਦਾ ਵੇ ਜਾ ਕੇ ਉਹਨਾਂ ਨੂੰ ਨਾਈਸ ਜਾਂ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਨਾ ਕਹਿਣ,
ਕਿਉਂਕਿ ਉਹ ਕਿਤੇ ਨਾ ਕਿਤੇ ਜਿਹੜੇ ਅਮਰੀਕਾ ਦੇ ਐਲਾਈਜ਼ ਆ ਉਹਨਾਂ ਦੇ ਲਈ ਇੱਕ ਨੁਕਸਾਨਦੇਹ ਵੀ ਜਿਹੜਾ ਉਹ ਹੋ ਸਕਦੀਆਂ ਆ, ਉਹ ਉਹਨਾਂ ਨੂੰ ਠੀਕ ਨਹੀਂ ਲੱਗਦਾ ਕਿਉਂਕਿ ਆਲਰੇਡੀ ਇੱਕ ਜਿਹੜੀ ਇਹਨਾਂ ਦੀ ਇਲੈਕਸ਼ਨ ਦੁਬਾਰਾ ਹੋਈ ਆ, ਹੁਣ ਦੁਬਾਰਾ ਚੁਣੇ ਗਏ ਆ, ਤਾਂ ਉਹਦੇ ਵਿੱਚ ਇਹੀ ਆਇਆ ਆ ਵੀ ਬੜਾ ਉਹਨਾਂ ਨੇ ਇਲੈਕਸ਼ਨਾਂ ਦੇ ਵਿੱਚ ਧਾਂਦਲੀ ਹੋਈ ਆ ਅਤੇ ਬੜੀਆਂ ਕੰਟਰੋਵਰਸ਼ਲ ਜਿਹੜੀਆਂ ਉਹਨਾਂ ਦੀਆਂ ਇਲੈਕਸ਼ਨ ਰਹੀਆਂ ਆ। ਅਤੇ ਕੱਲ੍ਹ ਇੱਕ ਖਬਰ ਇਹ ਚੱਲ ਰਹੀ ਸੀ ਵੀ ਰਾਸ਼ਟਰਪਤੀ ਟਰੰਪ ਉਹਨਾਂ ਨੇ ਆਪਣੇ ਐਡਵਾਈਜ਼ਰ ਦੇ ਕਹਿਣ ਦੇ ਬਾਵਜੂਦ, ਮਨਾ ਕਰਨ ਦੇ ਬਾਵਜੂਦ ਵੀ ਉਹਨਾਂ ਨੇ ਪੁਤਿਨ ਨੂੰ ਕਾਲ ਕਰਕੇ ਜਿਹੜੀ ਆ ਉਹ ਵਧਾਈ ਦੇ ਦਿੱਤੀ ਸੀਗੀ। ਸੋ ਇਹਦੇ ਚੱਲਦਿਆਂ ਕਹਿੰਦੇ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਹੋ ਪੈ ਸਕਦਾ ਆ। ਕਹਿੰਦੇ ਜਿਹੜਾ ਵਲਾਦੀਮਿਰ ਪੁਤਿਨ ਆ ਉਹ ਬਹੁਤ ਚਲਾਕ, ਬਹੁਤ ਹੀ ਸ਼ਰੂਡ ਪੋਲੀਟੀਸ਼ੀਅਨ ਆ। ਉਹ ਕਹਿੰਦੇ ਵੀ ਇੱਕ ਜਿਹੜਾ ਵਾਕਿਆਤ ਦੱਸਦੇ ਨੇ, ਕਹਿੰਦੇ ਐਂਜਲਾ ਮਾਰਕਲ ਜਿਸ ਨੂੰ ਕੀ ਕਹਿੰਦੇ ਕੁੱਤਿਆਂ ਤੋਂ ਡਰ ਲੱਗਦਾ ਆ, ਤੇ ਮੁਲਾਕਾਤ ਦੇ ਦੌਰਾਨ ਹੀ ਉਹਨੇ ਦੋ ਵੱਡੇ ਵੱਡੇ ਕੁੱਤੇ ਜਿਹੜੇ ਆ ਉਹ ਮੁਲਾਕਾਤ ਦੇ ਵਿੱਚ ਜਿਹੜੇ ਆ ਉਹ ਲੈ ਆਉਂਦੇ, ਮੀਟਿੰਗ ਦੇ ਦੌਰਾਨ ਜਿਹੜੇ ਉਹ ਅੰਦਰ ਆ ਗਏ ਅਤੇ ਕਹਿੰਦੀ ਐਂਜਲਾ ਮਾਰਕਲ ਉੱਥੇ ਇੱਕਦਮ ਘਬਰਾ ਗਈ। ਕਹਿੰਦੇ ਇੱਦਾਂ ਤਾਂ ਹੋ ਨਹੀਂ ਸਕਦਾ ਵੀ ਕੁੱਤੇ ਅਚਾਨਕ ਜਿਹੜੇ ਉਹ ਅੰਦਰ ਆ ਸਕਦੇ ਆ। ਉਹ ਕਹਿੰਦੇ ਪਰਸਨਲ ਬਹੁਤ ਜਿਹੜਾ ਬੰਦੇ ਦੇ ਬਾਰੇ ਉਹ ਜਾਣਦਾ ਹੁੰਦਾ ਅਤੇ ਉਹਦੀਆਂ ਨਰਵਸ ਦੇ ਉੱਤੇ ਉਸ ਹਿਸਾਬ ਦੇ ਨਾਲ ਜਿਹੜਾ ਉਹ ਖੇਡਦਾ ਆ। ਸੋ ਉਹ ਬਹੁਤ ਇੱਕ ਹਿਸਾਬ ਦੇ ਨਾਲ ਕਹਿ ਸਕਦੇ ਹਾਂ ਵੀ ਬਹੁਤ ਸ਼ਰੂਡ ਆ, ਬਹੁਤ ਚਲਾਕ ਬੰਦਾ ਆ। ਉਹ ਰਾਸ਼ਟਰਪਤੀ ਟਰੰਪ ਨੂੰ ਕਿਸੇ ਤਰੀਕੇ ਨਾਲ ਮੈਨੂਪੁਲੇਟ ਕਰਨ ਦੀ ਕੋਸ਼ਿਸ਼ ਕਰ ਸਕਦਾ ਆ ਅਤੇ ਸਾਰੇ ਜਾਣੇ ਜਿਹੜੇ ਆ ਇਹੀ ਕਹਿ ਰਹੇ ਨੇ ਵੀ ਧਿਆਨ ਜਿਹੜਾ ਰੱਖਣ ਦੀ ਜ਼ਰੂਰਤ ਆ। ਕਈ ਤਾਂ ਜਿਹੜੇ ਲਿਖਣ ਵਾਲੇ ਕ੍ਰਿਟਿਕ ਇਹ ਕਹਿ ਰਹੇ ਨੇ ਵੀ ਰਾਸ਼ਟਰਪਤੀ ਟਰੰਪ ਆਪਣੇ ਹੈਂਡਲਰ ਨੂੰ ਜਿਹੜੇ ਆ ਉਹ ਮਿਲਣ ਜਾ ਰਹੇ ਆ, ਇੱਥੋਂ ਤੱਕ ਵੀ ਕਈਆਂ ਦੇ ਜਿਹੜੇ ਬਿਆਨ ਆ ਉਹ ਸੁਣਨ ਨੂੰ ਮਿਲ ਰਹੇ ਨੇ। ਸੋ ਦੇਖਦੇ ਹਾਂ ਜਿਹੜਾ ਕੀ ਬਣਦਾ ਆ। ਪਰ ਜਿਹੜੇ ਖਾਸ ਕਰਕੇ ਜਿਹੜਾ ਕਹਿੰਦੇ ਇਲੀਗਲ ਕ੍ਰੀਮੀਆ ਦਾ ਅਨੈਕਸੇਸ਼ਨ ਜਿਹੜਾ ਉੱਥੇ ਕਰਵਾਇਆ ਗਿਆ ਸੀ ਰਸ਼ੀਆ ਦੇ ਦੁਆਰਾ, ਉਸ ਦੇ ਉੱਤੇ ਕਿਸੇ ਤਰੀਕੇ ਦਾ ਜੇ ਕੋਈ ਬਿਆਨ ਕਰ ਦਿੰਦੇ ਆ ਤਾਂ ਇਹ ਜਿਹੜੀਆਂ ਨਾਟੋ ਤੋਂ ਪਹਿਲਾਂ ਨਾਟੋ ਦੇ ਨਾਲ ਉਹਨਾਂ ਨਾਲ ਮੁਲਾਕਾਤ ਕਰਨੀ ਆ, ਫਿਰ ਰਸ਼ੀਆ ਦੇ ਨਾਲ ਮੁਲਾਕਾਤ ਕਰਨੀ ਆ, ਬਹੁਤ ਨਜ਼ਦੀਕ ਇਹ ਦੋਨੋਂ ਮੁਲਾਕਾਤਾਂ ਹੈਗੀਆਂ ਅਤੇ ਬੜਾ ਰੌਲਾ ਰੱਪਾ ਜਿਹੜਾ ਹਰਜੋਤ ਸਿੰਘ ਜੀ ਇਸ ਦੇ ਵਿੱਚ ਹੈਗਾ ਆ ਵੀ ਜਿੱਦਾਂ G7 ਵਾਲੀ ਗੱਲਬਾਤ ਤਾਂ ਕਿਤੇ ਉਹ ਨਾ ਕਹਿੰਦੇ ਨਾਟੋ ਦੇ ਆਲਿਆਂ ਦੇ ਨਾਲ ਹੋ ਜਾਵੇ ਵੀ ਉਦੋਂ ਜਿਹੜੀ ਸਾਂਝਾ ਜਿਹੜਾ ਬਿਆਨ ਜਾਰੀ ਕਰਨਾ ਸੀ ਉਹਦੇ ਉੱਤੇ ਸਾਈਨ ਕਰਨ ਤੋਂ ਮਨਾ ਹੀ ਕਰ ਦਿੱਤਾ ਸੀ ਕਿਉਂਕਿ ਉਹ ਗੁੱਸੇ ਸੀਗੇ ਜਿਹੜੇ ਜਸਟਿਨ ਟਰੂਡੋ ਦੇ ਉੱਤੇ। ਅਤੇ ਹੁਣ ਜੇ ਕੋਈ ਇੱਦਾਂ ਦੀ ਨਾਟੋ ਦੇ ਨਾਲ ਹੋ ਜਾਂਦੀ ਆ ਤਾਂ ਬਾਅਦ ਗੁੱਸੇ 'ਚ ਆਏ ਪਤਾ ਨਹੀਂ ਜਿਹੜੇ ਰਸ਼ੀਆ ਦੇ ਨਾਲ ਕਿੱਦਾਂ ਦਾ ਜਿਹੜਾ ਸਮਝੌਤਾ ਜਿਹੜਾ ਆ ਉਹ ਉੱਥੇ ਕਰ ਆਉਣ। ਟਰਾਈ ਬਹੁਤ ਜਿਹੜੇ ਰਾਸ਼ਟਰਪਤੀਆਂ ਨੇ ਕੀਤੀ ਆ ਵੀ ਜਿਹੜੇ ਰਸ਼ੀਆ ਦੇ ਨਾਲ ਜਿਹੜੇ ਸੰਬੰਧ ਆ ਉਹ ਜਿਹੜੇ ਆ ਠੀਕ ਹੋਣ। ਸੋ ਇਹ ਦੇਖਣ ਵਾਲੀ ਜਿਹੜੀ ਇਹ ਗੱਲ ਹੋਊਗੀ, ਇਹ ਵੀ ਦੇਖਣ ਵਾਲੀ ਗੱਲ ਹੋਊਗੀ ਵੀ ਕੀ ਐਡਵਰਡ ਸਨੋਡਨ ਨੂੰ ਉਹ ਮੰਗਣਗੇ ਵੀ ਇਸ ਬੰਦੇ ਨੂੰ ਸਾਡੇ ਹਵਾਲੇ ਕਰੋ ਵੀ ਜਿੰਨੇ NSA ਦੇ ਜਿਹੜੇ ਇੰਨੇ ਭੇਦ ਜਿਹੜੇ ਆ ਖੋਲ੍ਹੇ ਸੀ ਅਤੇ ਇਹ ਕਿਹਾ ਸੀਗਾ ਵੀ ਸਾਰੇ ਜਣੇ ਇਹ ਕਹਿ ਰਹੇ ਸੀ ਵੀ ਨੈਸ਼ਨਲ ਸਿਕਿਉਰਿਟੀ ਨੂੰ ਇਸ 'ਤੇ ਕਰਕੇ ਜਿਹੜਾ ਖਤਰਾ ਪਿਆ ਸੀਗਾ। ਇਹ ਵੀ ਨਹੀਂ ਪਤਾ ਬਾਅਦ ਦੇ ਵਿੱਚ ਉਹਨੂੰ ਕਦੇ ਛੁੱਟੀ ਦੇ ਦੇਣ, ਮਾਫ਼ ਵੀ ਕਰ ਦੇਣ, ਕਿਉਂਕਿ ਅੱਜ ਕੱਲ੍ਹ ਮਾਫ਼ੀਆਂ ਵੀ ਪ੍ਰੈਜ਼ੀਡੈਂਟ ਟਰੰਪ ਵੱਲੋਂ ਗੋਲੀਆਂ ਚੱਲ ਰਹੀਆਂ ਜੀ। ਆਪਾਂ ਨਿਊਜ਼ ਸੁਣ ਰਹੇ ਸੀ ਵੀ ਕਿਸ ਤਰ੍ਹਾਂ ਓਰੇਗਨ ਦੇ ਵਿੱਚ ਜਿਹੜੇ ਦੋ ਰੈਂਚਰ ਸੀਗੇ ਜਿਹੜੇ ਪਿੱਛੇ ਉਹਨਾਂ ਨੇ ਇੱਕ ਕਾਫ਼ੀ ਜਿਹੜੀਆਂ ਆਪਣੀਆਂ ਪੂਰੀ ਗੋਲੀ ਸਿੱਕੇ ਦੇ ਨਾਲ ਕਾਫ਼ੀ ਚਿਰ ਜਿਹੜਾ ਪੁਲਿਸ ਨੂੰ ਵਕਤ ਪਾ ਰੱਖਿਆ ਸੀ ਵੀ ਜੀ ਇਹ ਸਾਡਾ ਜਿਹੜਾ ਏਰੀਆ ਹੈਗਾ ਇਹ ਸਾਡੀ ਜਿਹੜਾ ਬੰਡੀ ਟੇਕ ਓਵਰ ਜਿਹੜਾ ਸੀਗਾ ਗਿਆ ਉਹ ਦੋ ਰੈਂਚਰਾਂ ਨੂੰ ਕਹਿੰਦੇ ਉਹਨਾਂ ਨੇ ਹੁਣ ਮਾਫ਼ ਕਰ ਦਿੱਤਾ ਆ। ਵਾਈਲਡ ਰੈਫਿਊਜ ਕਹਿੰਦੇ ਓਰੇਗਨ ਦੇ ਵਿੱਚ ਜਿਹੜਾ ਕੀਤਾ ਸੀ ਕਈ ਦਿਨ ਤੱਕ ਹਰਜੋਤ ਸਿੰਘ ਜੀ ਉਹ ਕੰਮ ਚੱਲਾ ਰਿਹਾ ਸੀਗਾ। ਬੜੀ ਗੋਲੀ ਸਿੱਕਾ ਜਿਹੜਾ ਤੁਸੀਂ ਜਿੱਦਾਂ ਤੁਸੀਂ ਦੱਸਿਆ ਵੀ ਉਹ ਚੱਲਿਆ ਸੀਗਾ, ਇਹ ਕੋਈ ਬਹੁਤੀ ਪੁਰਾਣੀ ਜਿਹੜੀ ਆ ਉਹ ਪੁਰਾਣੀ ਗੱਲ ਨਹੀਂ ਹੈਗੀ ਆ। ਸੋ ਉਹਨਾਂ ਨੂੰ ਜਿਹੜਾ ਹੁਣ ਪਾਰਡਨ ਜਿਹੜਾ ਰਾਸ਼ਟਰਪਤੀ ਟਰੰਪ ਨੇ ਕਰ ਦਿੱਤਾ ਸੀਗਾ। ਸੋ ਅਗਲੀ ਖਬਰ ਵੱਲ ਚੱਲੀਏ। ਜਿਹੜੀ ਟੈਸਲਾ ਆ ਉਹਨਾਂ ਨੇ ਅੱਜ ਅਨਾਊਂਸ ਕੀਤਾ ਹੈਗਾ ਉਹ ਦੁਨੀਆ ਦਾ ਸਭ ਤੋਂ ਵੱਡਾ ਕਹਿੰਦੇ ਵੀ ਇਲੈਕਟ੍ਰਿਕ ਕਾਰ ਦਾ ਜਿਹੜਾ ਪਲਾਂਟ ਹੈਗਾ ਆ ਉਹ ਚਾਈਨਾ ਦੇ ਵਿੱਚ ਲਾਉਣ ਜਾ ਰਹੇ ਆ ਤੇ ਜਿਹਦੀ ਐਨੂਅਲ ਕਪੈਸਿਟੀ 5 ਲੱਖ ਇਲੈਕਟ੍ਰਿਕ ਕਾਰ ਹੋਊਗੀ। ਇੱਕ ਪਾਸੇ ਤਾਂ ਜਿਹੜਾ ਟੈਰਿਫ ਵਾਰ ਚੱਲ ਰਿਹਾ ਚਾਈਨਾ ਦੇ ਨਾਲ ਤੇ ਦੂਸਰੇ ਪਾਸੇ ਜਿਹੜੀ ਟੈਸਲਾ ਦਾ ਜਿਹੜਾ CEO ਹੈਗਾ ਮਸਕ ਤੇ ਉਸਨੇ ਅੱਜ ਅਨਾਊਂਸ ਕਰ ਦਿੱਤਾ ਪਾਲੋ ਆਲਟੋ ਬੇਸਡ ਇਹ ਕੰਪਨੀ ਹੈਗੀ ਆ ਕਹਿੰਦੇ ਪਈ ਅਸੀਂ ਗਿਗਾ ਫੈਕਟਰੀ 3 ਇੱਕ ਸ਼ਹਿਰ ਹੈਗਾ ਲਿਨ ਗੈਂਗ ਨੀਅਰ ਸ਼ੰਘਾਈ ਦੇ ਜਿਹੜਾ ਫ੍ਰੀ ਟ੍ਰੇਡ ਜ਼ੋਨ ਆ ਉੱਥੇ ਸੈਟਅਪ ਕਰਨ ਜਾ ਰਹੇ ਹੈਗੇ ਆ ਅਤੇ ਕਹਿੰਦੇ ਵੀ ਇਹ ਲਾਰਜੈਸਟ ਓਵਰਸੀਜ਼ ਮੈਨੂਫੈਕਚਰਿੰਗ ਇਨਵੈਸਟਮੈਂਟ ਹੋਊਗੀ ਕਿਸੇ ਵੀ ਚਾਈਨੀਜ਼ ਸਿਟੀ ਦੇ ਵਿੱਚ ਅਤੇ ਵਾਲਟ ਡਿਜ਼ਨੀ ਦੇ ਜਿਹੜੀ ਸਪੈਂਡਿੰਗ ਹੈਗੀ 5.5 ਬਿਲੀਅਨ ਉਹਨੂੰ ਵੀ ਇੱਕ ਤਰ੍ਹਾਂ ਨਾਲ ਇਹ ਸਰਪਾਸ ਕਰ ਜਾਏਗੀ।
ਤੇ ਸੋ ਇਹ ਦੇਖੋ ਵੀ ਇਹਦਾ ਹੁਣ ਪ੍ਰੈਜ਼ੀਡੈਂਟ ਟਰੰਪ ਇਹਦੇ 'ਤੇ ਕੀ ਬਿਆਨ ਦਿੰਦੇ ਆ। ਪਰ ਇੱਕ ਮੈਂ ਖਬਰ ਪੜ੍ਹ ਰਿਹਾ ਸੀ ਉਹਦੇ 'ਚ ਇਹਨਾਂ ਨੇ ਇਹ ਵੀ ਲਿਖਿਆ ਸੀ ਵੀ ਜਿਹੜੀਆਂ ਟੈਸਲਾ ਦੀਆਂ ਕਾਰਜ਼ ਹੋ ਗਈਆਂ ਲਗਭਗ $20,000 ਫਿਰ ਮਹਿੰਗੀਆਂ ਹੋਣਗੀਆਂ, ਕਿਉਂਕਿ ਜਿਹੜਾ ਟੈਕਸ ਕਾਫੀ ਜ਼ਿਆਦਾ ਜਿਹੜਾ ਲਾਇਆ ਗਿਆ ਹੈਗਾ ਆ। ਬਿਲਕੁਲ, ਇਹ ਟੈਕਸ ਦੀ ਜਿਹੜੀ ਆਪਾਂ ਗੱਲ ਕਰਦੇ, ਕਹਿੰਦੇ ਵੀ ਟੈਸਲਾ ਕਹਿੰਦੇ ਆ ਵੀ ਅਸੀਂ ਬਣਾਉਣਾ ਚਾਹੁੰਦੇ ਹਾਂ ਜਿਹੜੀ 500,000 ਦੀ ਜਿਹੜੀ ਆ ਕਪੈਸਿਟੀ ਵਾਲਾ, ਅਤੇ ਜਿੱਦਾਂ ਮਾਡਲ ਐਸ ਅਤੇ ਮਾਡਲ ਐਕਸ ਦੇ ਜਿਹੜੇ ਪ੍ਰਾਈਸ ਆ ਉਹ ਚਾਈਨਾ ਦੇ ਵਿੱਚ ਉਹਨਾਂ ਨੇ ਜਿਹੜੇ ਹਰਜੋਤ ਸਿੰਘ ਜੀ ਵਧਾਏ ਨੇ। ਸੋ ਇਹ ਜਿਹੜਾ ਟ੍ਰੇਡ ਵਾਰ ਦੇ ਚੱਲਦੇ, ਕਿਉਂਕਿ ਇੱਧਰੋਂ ਜਾਂਦਾ ਆ ਸਮਾਨ ਅਤੇ ਫਿਰ ਉਹਦੇ ਉੱਤੇ ਵੀ ਜਿਹੜਾ ਹੁਣ ਟੈਕਸ ਆ ਲੱਗਿਆ ਹੋਇਆ ਆ। ਸੋ ਇੱਕ ਚੀਜ਼ ਜਿਹੜੀ ਉਹ ਇੱਕ ਇਹ ਪੂਰੇ ਟ੍ਰੇਡ ਵਾਰ ਦੇ ਵਿੱਚੋਂ ਇੱਕ ਹੋਰ ਗੱਲ ਜਿਹੜੀ ਨਿਕਲ ਕੇ ਆ ਰਹੀ ਆ, ਅਤੇ ਕਾਫੀ ਲੋਕ ਜਿਹੜੇ ਇਸ ਦੇ ਬਾਬਤ ਜਿਹੜੇ ਚੁੱਪ ਵੀ ਨੇ, ਅਤੇ ਕਹਿੰਦੇ ਜਿਹੜੀ ਇਵਾਂਕਾ ਟਰੰਪ ਆ, ਰਾਸ਼ਟਰਪਤੀ ਟਰੰਪ ਦੇਖੋ ਕਿੱਡਾ ਰੌਲਾ ਪਾਉਂਦੇ ਆ ਵੀ ਸਾਰਾ ਕੁਛ ਅਮਰੀਕਾ 'ਚ ਬਣਨਾ ਚਾਹੀਦਾ ਆ। ਉਹਨਾਂ ਦਾ ਆਪਣਾ ਜਿਹੜਾ ਸਾਰਾ ਸਮਾਨ ਆ, ਬਹੁਤ ਜ਼ਿਆਦਾ ਜਿਹੜਾ ਮਜੋਰਟੀ ਸਮਾਨ ਆ ਉਹ ਚਾਈਨਾ ਤੋਂ ਬਣ ਕੇ ਆਉਂਦਾ ਆ, ਅਤੇ ਉਹਨਾਂ ਦੀ ਜਿਹੜੀ ਕੁੜੀ ਦੀ ਜਿਹੜੀ ਕਲੋਦਿੰਗ ਲਾਈਨ ਆ ਉਹ ਸਾਰੀ ਚਾਈਨਾ ਤੋਂ ਬਣ ਕੇ ਇੱਥੇ ਆਉਂਦੀ ਆ। ਅਤੇ ਕਹਿੰਦੇ ਕਨਵੀਨੀਅੰਟਲੀ ਜਿਹੜੇ ਜਿੰਨੇ ਵੀ ਟ੍ਰੇਡ ਵਾਰ ਚੱਲ ਰਹੇ ਆ, ਇਹ ਕਲੋਦਿੰਗ ਇੰਡਸਟਰੀ ਜਿਹੜੀ ਆ ਇਹਦੇ ਵਿੱਚੋਂ ਜਿਹੜੀ ਉਹ ਬਚੀ ਹੋਈ ਆ, ਤਾਂ ਜੋ ਕਿਤੇ ਨਾ ਕਿਤੇ ਵੀ ਵਾਕਾ ਟਰੰਪ ਦੇ ਜਿਹੜੇ ਜਿਹੜੇ ਸਜਾਵਟੀ ਕੱਪੜੇ ਨੇ ਕਹਿ ਸਕਦੇ ਹਾਂ ਉਹਨਾਂ ਦੀ ਕਲੋਦਿੰਗ ਲਾਈਨ ਆ ਉਹ ਜਿਹੜੀ ਮਹਿੰਗੀ ਨਾ ਹੋਵੇ। ਸੋ ਇਹ ਇੱਕ ਦੇਖੋ ਬੜੀ ਵੱਡੀ ਜਿਹੜੀ ਗੱਲ ਆ, ਦੁਨੀਆ ਨੂੰ ਸਟੇਜਾਂ ਤੋਂ ਜਾ ਜਾ ਕੇ ਇੱਦਾਂ ਕਹਿੰਦੇ ਨੇ ਵੀ ਸਾਰਾ ਕੁਛ ਜਿਹੜਾ ਆ ਅਮਰੀਕਾ ਦੇ ਵਿੱਚ ਹੋਣਾ ਚਾਹੀਦਾ ਆ, ਅਸੀਂ ਵਾਪਸ ਕਰਨਾ ਆ, ਪਰ ਆਪਣੇ ਜਿਹੜੇ ਆ ਨਿਆਣਿਆਂ ਨੂੰ ਉਹ ਜਿਹੜਾ ਕੁਛ ਵੀ ਨਹੀਂ ਕਹਿ ਸਕਦੇ। ਕਹਿ ਸਕਦੇ ਵੀ ਦੀਵੇ ਹੇਠ ਹਨੇਰੇ ਵਾਲੀ ਜਿਹੜੀ ਗੱਲ ਆ ਉਹ ਇੱਥੇ ਬਣੀ ਪਈ ਆ ਜੀ। ਅਤੇ ਅਗਲੀ ਖਬਰ ਜਿਹੜੀ ਆ ਉਹ ਆਪਾਂ ਆਈਸ ਦੇ ਨਾਲ ਰਿਲੇਟਡ ਜਿਹੜੀ ਸਾਂਝੀ ਕਰਾਂਗੇ ਵੀ ਕਿਸ ਤਰ੍ਹਾਂ ਆਈਸ ਵਾਲੇ ਜਿਹੜੇ ਆ ਉਹ ਬੰਦਿਆਂ ਨੂੰ ਫੜ ਰਹੇ ਹੈਗੇ ਆ, ਅਤੇ ਨਾਲ ਦੀ ਨਾਲ ਹੋਰ ਵੀ ਇਮੀਗ੍ਰੇਸ਼ਨ ਦੀਆਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਾਂਗੇ। ਆਪਾਂ ਇੱਕ ਲੈ ਲੈਂਦੇ ਛੋਟੀ ਜਿਹੀ ਬ੍ਰੇਕ, ਰਾਜਕਨਵੀਰ ਸਿੰਘ ਜੀ। ਜੀ, ਮਿਲਦੇ ਹਾਂ ਬ੍ਰੇਕ ਤੋਂ ਬਾਅਦ 'ਚ। ਮਾਰਕੀਟ ਜਿੱਥੋਂ ਖਰੀਦ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਇੰਡੀਅਨ, ਪਾਕਿਸਤਾਨੀ ਅਤੇ ਫਿਜ਼ੀਅਨ ਗਰੋਸਰੀ, ਅਤੇ ਖਰੀਦ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਪੂਜਾ ਅਤੇ ਪਾਠ ਦੀ ਸਮੱਗਰੀ। ਇਹਨਾਂ ਦੀ ਗ੍ਰੈਂਡ ਓਪਨਿੰਗ ਹੋਣ ਜਾ ਰਹੀ ਹੈ 30 ਜੂਨ ਨੂੰ, ਅਤੇ ਗ੍ਰੈਂਡ ਓਪਨਿੰਗ ਤੇ ਲੈ ਸਕਦੇ ਹੋ ਦਾਲਾਂ ਤੇ ਵਿਸ਼ੇਸ਼ ਡੀਲ। 2 ਪਾਉਂਡ ਦੀ ਦਾਲ 249 ਵਿੱਚ, 4 ਪਾਉਂਡ ਦੀ ਦਾਲ 399 ਵਿੱਚ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਰਮੇਸ਼ ਜੀ ਨਾਲ 9165054056, 916-505-4056। ਪ੍ਰੀਤ ਇੰਡੀਆ ਮਾਰਕੀਟ, 10044 ਬਰੂਸਵਿਲ ਰੋਡ, ਵਾਈਟ ਲੌਕ ਅਤੇ ਬਰੂਸਵਿਲ ਦੇ ਕਾਰਨਰ ਤੇ, ਅਤੇ ਨਵੇਂ ਵਾਲਮਾਰਟ ਦੇ ਬਿਲਕੁਲ ਸਾਹਮਣੇ। ਪ੍ਰੀਤ ਇੰਡੀਆ ਮਾਰਕੀਟ ਜਾਓ ਅਤੇ ਗ੍ਰੈਂਡ ਓਪਨਿੰਗ ਤੇ ਦਾਲਾਂ ਤੇ ਵਿਸ਼ੇਸ਼ ਆਫਰ ਪਾਓ। ਰੀਅਲਟਰ ਐਂਡ ਲੋਨ ਆਫਿਸਰ ਪ੍ਰੀਤ ਸਿੰਘ, ਜੋ ਕਿ ਰੀਅਲ ਅਸਟੇਟ ਦੀਆਂ ਹਰ ਤਰ੍ਹਾਂ ਦੀਆਂ ਸੇਵਾਵਾਂ ਦਿੰਦੇ ਹਨ। ਘਰ ਖਰੀਦਣਾ ਹੋਵੇ, ਵੇਚਣਾ ਹੋਵੇ, ਹਾਊਸ ਰੀਮਾਡਲ ਕਰਨਾ ਹੋਵੇ, ਜਾਂ ਰੈਂਟਲ ਮੈਨੇਜਮੈਂਟ ਕਰਵਾਉਣੀ ਹੋਵੇ, ਤੇ ਨਾਲ ਹੀ ਘਰ ਦੇ ਲੋਨ ਬਹੁਤ ਹੀ ਵਧੀਆ ਰੇਟਸ ਦੇ ਉੱਤੇ 0% ਵਿੱਚ ਦਿਵਾਉਣਗੇ। ਹਰ ਤਰ੍ਹਾਂ ਦਾ ਲੋਨ, FHA, ਕਨਵੈਨਸ਼ਨ, ਜੰਬੋ, ਸੁਪਰ ਜੰਬੋ ਲੋਨ ਕਰਵਾ ਸਕਦੇ ਹਨ। ਸੈਕਰਾਮੈਂਟੋ ਤੇ ਨਜ਼ਦੀਕੀ ਇਲਾਕਿਆਂ ਦੇ ਵਿੱਚ ਸੇਵਾਵਾਂ ਦਿੰਦੇ ਹਨ। ਕਾਲ ਪ੍ਰੀਤ ਸਿੰਘ 530-418-8501 ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ, ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਇਸ ਦੇ ਬਾਰੇ ਕੋਈ ਵੀ ਜਾਣਕਾਰੀ ਲਈ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408-272-2500, 408-272-2500। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਆਪਣੇ ਬਿਜ਼ਨਸ ਦੀ ਐਡ ਕਰਵਾਉਣ ਦੇ ਲਈ ਕਾਲ 408-272-5500, 408-272-5200। ਪੰਜਾਬ ਬਾਜ਼ਾਰ ਕੈਸ਼ ਐਂਡ ਕੈਰੀ, ਜਿੱਥੋਂ ਖਰੀਦ ਸਕਦੇ ਹੋ ਰਾਇਲ ਆਟਾ 20 ਪਾਉਂਡ 799 ਵਿੱਚ, ਦੀਪ ਚੱਕੀ ਆਟਾ ਅਤੇ ਆਸ਼ੀਰਵਾਦ ਆਟਾ 20 ਪਾਉਂਡ 799 ਵਿੱਚ, ਦੀਪ ਮਲਟੀਗ੍ਰੇਨ ਆਟਾ 20 ਪਾਉਂਡ 1099 ਵਿੱਚ, ਜ਼ਿਆਦਾਤਰ ਦਾਲਾਂ 4 ਪਾਉਂਡ ਦੀਆਂ 399 ਵਿੱਚ, ਰਾਇਲ ਬਾਸਮਤੀ ਰਾਈਸ 20 ਪਾਉਂਡ 1849 ਵਿੱਚ, ਰੈੱਡ ਲੇਬਲ ਟੀ 4 ਪਾਉਂਡ 1499 ਵਿੱਚ। ਇਹਨਾਂ ਕੋਲ ਹਫਤੇ ਵਿੱਚ 3-4 ਵਾਰ ਤਾਜ਼ੀਆਂ ਸਬਜ਼ੀਆਂ ਵੀ ਆਉਂਦੀਆਂ ਹਨ। ਇਸ ਦੇ ਨਾਲ ਹੀ ਫਰੈਸ਼ ਮਠਿਆਈਆਂ, ਦੀਪ, ਹਲਦੀਰਾਮ, ਵੇਰਕਾ ਅਤੇ ਨਾਨਕ ਦੇ ਪ੍ਰੋਡਕਟਸ ਵੀ ਖਰੀਦ ਸਕਦੇ ਹੋ। ਇਸ ਦੇ ਨਾਲ ਹੀ ਇਹਨਾਂ ਕੋਲੋਂ ਖਰੀਦ ਸਕਦੇ ਹੋ ਸਾਰੇ ਮਸਾਲੇ, ਹਰ ਤਰ੍ਹਾਂ ਦੇ ਅਚਾਰ, ਬਰਤਨ ਅਤੇ ਕਾਲਿੰਗ ਕਾਰਡ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 9167254825, 916-725-4825, 5764 ਸਟਰੀਟ B2, ਐਂਟਲੋਪ ਰੋਡ, ਐਂਟਲੋਪ। ਪੰਜਾਬ ਬਾਜ਼ਾਰ ਕੈਸ਼ ਐਂਡ ਕੈਰੀ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਆਪਣੇ ਬਿਜ਼ਨਸ ਦੀ ਐਡ ਕਰਾਉਣ ਦੇ ਲਈ ਕਾਲ 408-722-7698।
ਕਿੱਦਾਂ ਵੀ ਨਿਮਿਆ, ਕੀ ਹਾਲ ਆ ਤੇਰਾ? ਮੈਂ ਤਾਂ ਵਧੀਆ ਆ, ਟਰੱਕ ਹੀ ਖਰਾਬ ਹੋਇਆ ਪਿਆ ਆ, ਐਲਗਰੋਵੇਰੀਆ ਹੀ ਤੁਰਿਆ ਫਿਰਦਾ ਆ, ਮੋਟਰ ਭਾਲਦਾ ਆ। ਤੈਨੂੰ ਮੈਂ ਐਡਰੈਸ ਦਿੰਦਾ, ਲੈ ਐਡਰੈਸ ਨੋਟ ਕਰ। ਦੱਸੋ ਫਿਰ ਜਰਾ। 9875 ਡਾਇਨੋ ਡਰਾਈਵ, ਐਲਗਰੋਵ। ਬਈ ਮੋਟਰ ਦਾ ਨਾਂ ਕੀ ਆ? ਓਏ ਮੋਟਰ ਨੀ ਹੈਗਾ, ਇਹ ਹੈਗਾ ਐਡਰੈਸ US ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲਿਆਂ ਦਾ। ਬੀਬਾ ਪੁੱਤ ਬਣ ਕੇ ਆਪਣਾ ਟਰੱਕ ਠੀਕ ਕਰਾ ਤੇ ਸ਼ਾਮੀ ਟਾਈਮ ਸਿਰ ਘਰੇ ਜਾ, ਭਰਜਾਈ ਉਡੀਕਦੀ ਹੁੰਦੀ। US ਟਰੱਕ ਐਂਡ ਟ੍ਰੇਲਰ ਰਿਪੇਅਰ, ਜਿਨ੍ਹਾਂ ਕੋਲੋਂ ਤੁਸੀਂ ਇੰਜਨ ਵਰਕ, ਟਰਾਂਸਮਿਸ਼ਨ, ਰੀਅਰ ਐਂਡ ਕਲਚ, ਓਇਲ ਚੇਂਜ ਜਾਂ ਬ੍ਰੇਕ ਸਰਵਿਸ ਵਰਗਾ ਕੋਈ ਵੀ ਕੰਮ ਕਰਾ ਸਕਦੇ ਹੋ। ਇਹ ਹਰ ਤਰੀਕੇ ਦੇ ਟਰੱਕ ਅਤੇ ਟ੍ਰੇਲਰਾਂ ਦੀਆਂ ਅਲਾਈਨਮੈਂਟ ਅਤੇ ਮੁਰੰਮਤ ਕਰਦੇ ਨੇ ਤੇ ਤੁਸੀਂ ਇਹਨਾਂ ਤੋਂ ਆਪਣੇ ਟਰੱਕਾਂ ਲਈ ਪੁਰਾਣੇ ਅਤੇ ਨਵੇਂ ਟਾਇਰ ਬਹੁਤ ਹੀ ਵਾਜਿਬ ਦਾਮਾਂ ਤੇ ਵੀ ਖਰੀਦ ਸਕਦੇ ਹੋ। ਇਹ ਹਫਤੇ ਦੇ 7 ਦਿਨ ਸਵੇਰੇ 8 ਤੋਂ ਲੈ ਕੇ 6 ਵਜੇ ਤੱਕ ਖੁੱਲੇ ਰਹਿੰਦੇ ਨੇ। ਹੋਰ ਜਾਣਕਾਰੀ ਲਈ ਆਪ ਜੀ ਕਾਲ ਕਰੋ 916-686-2664 916-686-2664 ਤੇ ਇਹਨਾਂ ਦਾ ਐਡਰੈਸ ਹੈ 9875 ਡੀਨੋ ਡਰਾਈਵ, ਐਲਗਰੋਵ, ਕੈਲੀਫੋਰਨੀਆ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਸਰੋਤੇ ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ, ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਜੀ ਇੱਕ ਵਾਰੀ ਫਿਰ। ਧੰਨਵਾਦ ਜੀ, ਇੱਕ ਵਾਰੀ ਫਿਰ ਬ੍ਰੇਕ ਤੋਂ ਬਾਅਦ ਅਤੇ ਅਗਲੀਆਂ ਖਬਰਾਂ ਵੱਲ ਚੱਲੀਏ। ਰਾਜਕੁਮਾਰ ਸਿੰਘ ਜੀ ਜੀ ਬਿਲਕੁਲ, ਜਿਹੜੀ ਅਗਲੀ ਜਿਹੜੀ ਖਬਰ ਆ ਰਹੀ ਆ ਮੋਂਟੈਨਾ ਤੋਂ, ਜਿਹੜੇ ਉੱਥੋਂ ਦੇ ਜੰਗਲਾਂ ਦੀ ਜਿਹੜੀ ਇੱਕ ਖਬਰ ਆ ਜੀ, ਕਹਿੰਦੇ ਵੀ ਇੱਕ ਡਿਪਟੀ ਨੇ ਮੋਂਟੈਨਾ ਦੇ ਜੰਗਲਾਂ ਦੇ ਵਿੱਚੋਂ ਇੱਕ ਬਹੁਤ ਹੀ ਛੋਟੇ ਜਿਹੜੇ ਆ ਬੱਚੇ ਆ ਉਸਦੀ ਜਾਨ ਬਚਾਈ। ਕਹਿੰਦੇ 9 ਘੰਟੇ ਤੱਕ ਕਿਸੇ ਨਿਰਦਈ ਬੰਦੇ ਨੇ ਜਿਹੜੇ ਇਸ ਬੱਚੇ ਨੂੰ ਜਿੰਦਿਆਂ ਹੀ ਜਿਹੜਾ ਦਫਨਾ ਦਿੱਤਾ ਸੀ। ਤਾਂ ਡਿਪਟੀ ਕਿਤੇ ਉੱਧਰਲੇ ਪਾਸੇ ਨੂੰ ਗਿਆ ਤਾਂ ਉਹਨੂੰ ਅਚਾਨਕ ਜਿਹੜੇ ਬੱਚੇ ਦੀ ਥੋੜ੍ਹੀ ਜਿਹੀ ਜਿਹੜੀ ਰੋਣ ਦੀ ਆਵਾਜ਼ ਜਿਹੜੀ ਉਸਨੂੰ ਸੁਣੀ, ਤਾਂ ਉਸ ਤੋਂ ਬਾਅਦ ਦੇ ਵਿੱਚ ਉਸ ਆਵਾਜ਼ ਦੇ ਵੱਲ ਨੂੰ ਜਾਂਦਾ ਗਿਆ ਤਾਂ ਉਹਨੇ ਦੇਖਿਆ ਵੀ ਉੱਥੇ ਜਿਹੜਾ ਬਹੁਤ ਹੀ ਛੋਟਾ ਮਾਸੂਮ ਜਿਹਾ ਜਿਹੜਾ ਆ ਬੱਚਾ, 5 ਮਹੀਨਿਆਂ ਦਾ ਇਨਫੈਂਟ ਜਿਹੜਾ ਸੀਗਾ, ਉਸ ਨੂੰ ਕਿਸੇ ਨੇ ਪਾਈਲ ਆਫ ਸਟਿਕਸ ਅਤੇ ਮੋਂਟੈਨਾ ਦੀ ਜਿਹੜੀ ਵਿਲਡਰਨੈਸ ਆ ਉਸ ਦੇ ਵਿੱਚ ਨਪਿਆ ਹੋਇਆ ਸੀ। ਅਤੇ ਮਰਾਕਿਲਸਲੀ ਕੁਦਰਤ ਦਾ ਦੇਖੋ ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ, ਉਹ ਗੱਲ ਜਿਹੜੀ ਆ ਉਹ ਆਪਾਂ ਦੇਖਿਆ ਵੀ 9 ਘੰਟੇ ਬਾਅਦ ਕਹਿੰਦੇ ਆ ਉਹ ਬੱਚੇ ਨੂੰ ਜਿਹੜਾ ਉੱਥੋਂ ਲੱਭਿਆ ਗਿਆ। ਅਤੇ ਲੋਲੋ ਹੌਟ ਸਪ੍ਰਿੰਗਸ ਮੋਂਟੈਨਾ ਦੇ ਵਿੱਚ ਜਿਹੜੀ ਇਹ ਖਬਰ ਆਈ ਆ ਉੱਧਰੋਂ ਆ ਰਹੀ ਆ। ਅਤੇ ਫਰਾਂਸਿਸ ਕਾਰਲਟਨ ਕਰੋਲ ਦੀ 32 ਸਾਲਾਂ ਦਾ ਜਿਹੜਾ ਇਹ ਹੈਗਾ ਅਫਸਰ, ਇਸਨੇ ਇਸ 5 ਮਹੀਨਿਆਂ ਦੇ ਬੇਬੀ ਬੋਏ ਆ ਉਸਨੂੰ ਲੱਭਿਆ ਜੀ। ਅਗਲੀ ਖਬਰ ਵੱਲ ਚੱਲੀਏ। ਜਿਹੜੇ ਪ੍ਰੈਜੀਡੈਂਟ ਟਰੰਪ ਆ, ਜਦੋਂ ਉਹਨਾਂ ਦੀ ਪ੍ਰੈਸ ਕਾਨਫਰੰਸ ਕਿਤੇ ਚੱਲ ਰਹੀ ਸੀ ਉਹਦੇ ਵਿੱਚ ਕੁਐਸਚਨ ਪੁੱਛਿਆ ਗਿਆ ਭਈ ਹੁਣ ਮਹੀਨੇ ਦਾ ਸਮਾਂ ਹੋ ਗਿਆ, ਕਿਉਂਕਿ ਜੱਜ ਵੱਲੋਂ ਆਰਡਰ ਸੀ ਮਹੀਨੇ ਦੇ ਵਿੱਚ ਜਿਹੜੇ ਬੱਚੇ ਆ ਜਿਹੜੇ ਲੋਕ ਇਲੀਗਲੀ ਐਂਟਰ ਹੋਏ ਸੀ US ਦੇ ਵਿੱਚ, ਉਹਨਾਂ ਨੂੰ ਸੈਪਰੇਟ ਕੀਤਾ ਗਿਆ ਸੀ ਅਤੇ ਉਹ ਬੱਚਿਆਂ ਨੂੰ ਜਿਹੜਾ ਮਿਲਾਇਆ ਜਾਵੇ ਆਪਣੇ ਪੇਰੈਂਟਸ ਦੇ ਨਾਲ। ਅਤੇ ਹਜੇ ਤੱਕ ਕਹਿੰਦੇ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਬੱਚੇ ਆ ਉਹ ਆਪਣੇ ਪੇਰੈਂਟਸ ਨੂੰ ਨਹੀਂ ਮਿਲ ਸਕੇ, ਕਿਉਂਕਿ DNA ਟੈਸਟ ਵਗੈਰਾ ਚੱਲ ਰਹੇ ਹੈਗੇ ਆ। ਅਤੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਵੀ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ, ਤਾਂ ਉਹਨਾਂ ਨੇ ਇਹ ਕਿਹਾ ਵੀ ਇਹ 'ਚ ਸਾਡਾ ਕੋਈ ਕਸੂਰ ਨਹੀਂ ਹੈ, ਜਿਹੜੇ ਇਲੀਗਲੀ ਲੋਕ ਆਉਂਦੇ USA 'ਚ ਉਹਨਾਂ ਦਾ ਕਸੂਰ ਆ, ਉਹ ਆਉਣਾ ਬੰਦ ਕਰ ਦੇਣ ਅਤੇ ਜਿਸ ਤਰ੍ਹਾਂ ਦੂਸਰੇ ਲੋਕ ਲੀਗਲ ਤਰੀਕੇ ਦੇ ਨਾਲ ਆਉਂਦੇ ਆ ਉਹ ਆ ਜਾਣ ਜੀ। ਬਿਲਕੁਲ, ਸੋ ਉਸੇ ਦੇ ਚੱਲਦੇ ਜਿਹੜੀ ਜ਼ੀਰੋ ਟੋਲਰੈਂਸ ਪੋਲਿਸੀ ਜਿਹੜੀ ਆ ਉਹ ਚੱਲ ਰਹੀ ਹੈਗੀ ਆ, ਅਤੇ ਉਹਦੇ ਚੱਲਦਿਆਂ ਹੀ ਇਹ ਸਾਰਾ ਕੁਛ ਜਿਹੜਾ ਇਹਨਾਂ ਨੂੰ ਅਲੱਗ ਥਲੱਗ ਜਿਹੜਾ ਆ ਉਹ ਕੀਤਾ ਜਾ ਰਿਹਾ ਸੀਗਾ। ਸੋ ਨਾਲ ਹੀ ਜਿਹੜੀ ਇੱਕ ਹੋਰ ਹਰਜੋਤ ਸਿੰਘ ਜੀ ਖਬਰ ਆ ਰਹੀ ਆ, ਕਹਿੰਦੇ ਜਿਹੜੇ ਫੈਡਰਲ ਅਫੀਸ਼ਲਸ ਆ ਉਹਨਾਂ ਨੇ ਜਿਹੜੇ US ਮੈਕਸੀਕੋ ਬਾਰਡਰ ਦੇ ਉੱਤੇ ਜਿਹੜੇ ਪ੍ਰੋਪਰਟੀ ਓਨਰਸ ਆ ਉਹਨਾਂ ਨੂੰ ਆਖਿਆ ਆ ਵੀ ਉਹ ਆਪਣੀ ਲੈਂਡ ਦਾ ਜਿਹੜਾ ਆ ਉਹ ਸਰਵੇ ਕਰਨ। ਸੋ ਇਹ ਹੁਣ ਪਤਾ ਨਹੀਂ ਆ ਇਹ ਕਿ ਕਿਤੇ ਨਾ ਕਿਤੇ ਇਸ਼ਾਰਾ ਹੋ ਸਕਦਾ ਆ ਵੀ ਬਹੁਤ ਹੀ ਜਲਦ ਜਿਹੜੀ ਕੰਧ ਦਾ ਕੰਮ ਜਿਹੜਾ ਆ ਬਾਕੀ ਹੋਰ ਜਗ੍ਹਾ ਦੇ ਉੱਤੇ ਜਿਹੜਾ ਆ ਉਹ ਚਾਲੂ ਹੋ ਸਕਦਾ ਆ। ਪਰ ਹਾਲ ਦੀ ਘੜੀ ਕੋਈ ਇਮੀਗ੍ਰੇਸ਼ਨ ਦੀ ਡੀਲ ਬਣੀ ਨਹੀਂ ਆ ਜਿਸ ਦੇ ਵਿੱਚ ਜਿਹੜੇ ਬਹੁਤੇ ਡਾਲਰ ਜਿਹੜੇ ਕੰਧ ਬਣਾਉਣ ਵੱਲ ਨੂੰ ਜਿਹੜੇ ਉਹ ਰੱਖੇ ਗਏ ਹੋਣ। ਪਰ ਫਿਰ ਵੀ ਜਿਹੜੇ ਆ ਉਹਨਾਂ ਨੇ ਪ੍ਰੋਪਰਟੀ ਓਨਰਸ ਜਿਹੜੇ ਹੈਗੇ ਆ US ਮੈਕਸੀਕੋ ਬਾਰਡਰ ਦੇ ਉੱਤੇ ਜਿਨ੍ਹਾਂ ਦੀਆਂ ਪ੍ਰੋਪਰਟੀਜ਼ ਆ ਸਾਊਥ ਟੈਕਸਸ ਦੇ ਵਿੱਚ ਉਹਨਾਂ ਨੂੰ ਕਹਿੰਦੇ ਆ ਚਿੱਠੀਆਂ ਪਾਈਆਂ ਆ ਅਤੇ ਉਹਨਾਂ ਨੂੰ ਚਿੱਠੀਆਂ ਮਿਲੀਆਂ ਆ ਫੈਡਰਲ ਸਰਕਾਰ ਵੱਲੋਂ ਵੀ ਆਪਣੀ ਲੈਂਡ ਆ ਉਸ ਦਾ ਜਿਹੜਾ ਆ ਉਹ ਰਿਵਿਊ ਕਰਨ ਬਾਰਡਰ ਵਾਲ ਕੰਸਟਰਕਸ਼ਨ ਦੇ ਲਈ। ਸੋ ਇੱਥੋਂ ਇਹੀ ਲੱਗ ਰਿਹਾ ਵੀ ਅੰਦਰ ਖਾਤੇ ਜਿਹੜਾ ਆ ਕੰਮ ਜਿਹੜਾ ਬੈਕਗਰਾਊਂਡ ਦੇ ਵਿੱਚ ਬੜੀ ਜੰਗੀ ਪੱਧਰ ਦੇ ਉੱਤੇ ਜਿਹੜਾ ਬਾਰਡਰ ਵਾਲ ਬਣਾਉਣ ਵੱਲ ਨੂੰ ਵੱਧ ਰਿਹਾ ਆ ਜੀ।
ਅਗਲੀ ਖਬਰ ਜਿਹੜੀ ਆ ਉਹ ਵੀ ਇੱਕ ਤਰ੍ਹਾਂ ਨਾਲ ਆਯੁਸ਼ ਨਾਲ ਰਿਲੇਟਡ ਆ ਰਹੀ ਆ ਵੀ ਕਿਸ ਤਰ੍ਹਾਂ ਇੱਕ ਜਿਹੜਾ ਨਿਊਜ਼ ਪੇਪਰ ਦਾ ਰਿਪੋਰਟਰ ਸੀ ਉਹ ਕਹਿੰਦੇ ਵੀ ਇੱਕ ਕੋਰਟ ਦੇ ਵਿੱਚ ਬੈਠਾ ਸੀ ਅਤੇ ਜਦੋਂ ਇੱਕ ਸਾਲ ਦਾ ਜਿਹੜਾ ਬੱਚਾ ਆ ਉਹਨੂੰ ਕੋਰਟ ਦੇ ਵਿੱਚ ਲੈ ਕੇ ਆਏ ਜੱਜ ਦੇ ਸਾਹਮਣੇ ਇਮੀਗ੍ਰੇਸ਼ਨ ਦਾ ਕੇਸ ਸੀ ਅਤੇ ਉਹ ਜੱਜ ਨੇ ਫਿਰ ਕਿਹਾ ਕਹਿੰਦਾ ਵੀ ਇੱਕ ਸਾਲ ਦਾ ਬੱਚਾ ਇਹ ਤਾਂ ਬੋਲ ਵੀ ਨਹੀਂ ਸਕਦਾ ਮੈਂ ਇਹਨੂੰ ਕੀ ਪੁੱਛ ਸਕਦਾ ਵੀ ਤੂੰ ਤੈਨੂੰ ਇਮੀਗ੍ਰੇਸ਼ਨ ਲਾ ਦਾ ਪਤਾ ਆ ਕੀ ਜਾਂ ਨਹੀਂ ਦੱਸੋ ਕਿ ਡਿਨਰ ਦੇ ਵਾਲੀ ਗੱਲ ਹੀ ਆ ਜੀ ਉਹ ਇਕੱਲੀ ਇਕੱਲਾ ਹੀ ਰਿਪੋਰਟਰ ਸੀ ਉਸ ਰੂਮ ਦੇ ਵਿੱਚ ਅਤੇ ਉਸ ਨੇ ਜਦੋਂ ਫਿਰ ਇਹ ਸਟੋਰੀ ਪਬਲਿਸ਼ ਕੀਤੀ ਅਤੇ ਉਹ ਕਹਿੰਦੇ ਵੀ ਇਸ ਟਾਈਮ ਦੀ ਸਭ ਤੋਂ ਜਿਹੜੀ ਹਿੱਟ ਸਟੋਰੀ ਗਈ ਵੀ ਦੇਖੋ ਵੀ ਏਦਾਂ ਦਾ ਵੀ ਅਮੈਰੀਕਾ ਦੇ ਵਿੱਚ ਕੁਛ ਹੋ ਰਿਹਾ ਹੈਗਾ ਆ ਬਿਲਕੁਲ ਇਹ ਤਾਂ ਹੈ ਚਲੋ ਇਹ ਤਾਂ ਪੇਸ਼ ਕਰਨ ਵਾਲਿਆਂ ਨੂੰ ਵੀ ਪਤਾ ਵੀ ਇੱਕ ਸਾਲ ਦਾ ਬੱਚਾ ਜਿਹੜਾ ਆ ਉਹਨੂੰ ਕੀ ਪਤਾ ਦੀਨ ਦੁਨੀਆ ਦਾ ਉਹ ਵਾਕਿਆ ਉਹ ਬੋਲਣਾ ਨਹੀਂ ਜਾਣਦਾ ਸਮਝਣਾ ਨਹੀਂ ਜਾਣਦਾ ਕੀ ਹੁੰਦਾ ਆ ਅਤੇ ਉਹਨੂੰ ਅਦਾਲਤ ਦੇ ਵਿੱਚ ਜਿਹੜਾ ਉਹ ਇੱਦਾਂ ਪੇਸ਼ ਕੀਤਾ ਜਾ ਰਿਹਾ ਕਿਤੇ ਨਾ ਕਿਤੇ ਕਹਿ ਸਕਦੇ ਹਾਂ ਵੀ ਪ੍ਰਸ਼ਾਸਨ ਦੇ ਲਈ ਅਤੇ ਸਰਕਾਰ ਦੇ ਲਈ ਇੱਕ ਨੈਗੇਟਿਵ ਖਬਰ ਜਾਂ ਕਾਲੇ ਧੱਬਿਆਂ ਦੇ ਵਾਂਗੂ ਜਿਹੜਾ ਬਾਅਦ ਦੇ ਵਿੱਚ ਓਵਰਆਲ ਦੇਖਿਆ ਜਾਂਦਾ ਹੁੰਦਾ ਆ ਇਸ ਦੇ ਵਿੱਚ ਕੁਛ ਨਾ ਕੁਛ ਇਨਸਾਨੀਅਤ ਥੋੜ੍ਹੀ ਬਹੁਤੀ ਸਹਿਰਦਤਾ ਜਿਹੜੀ ਇਹਨਾਂ ਨੂੰ ਵਰਤਣ ਦੀ ਜ਼ਰੂਰਤ ਹੈਗੀ ਆ ਅਗਲੀ ਖਬਰ ਵੀ ਆਈਸ ਨਾਲ ਰਿਲੇਟਡ ਆ ਵੀ ਕਿਸ ਤਰ੍ਹਾਂ ਕਹਿੰਦੇ ਵੀ ਇੱਕ ਹਸਬੈਂਡ ਅਤੇ ਵਾਈਫ ਜਿਹੜੇ ਕਿ ਬਰੁਕਲਿਨ ਨਿਊਯਾਰਕ ਦੇ ਆ ਜਿਨ੍ਹਾਂ ਦਾ ਨਾਂ ਮਾਰਗਾਰੀਟੋ ਸਿਲਵਾ 60 ਸਾਲਾਂ ਦਾ ਅਤੇ ਉਹਨਾਂ ਦੀ ਵਾਈਫ ਜਿਹੜੀ ਆ ਕੋਨਸੈਪਸੀਓਨ ਬਰੀਓਸ 50 ਸਾਲਾਂ ਦੀ ਆ ਅਤੇ ਉਹ 4th ਜੁਲਾਈ ਦੀਆਂ ਜਿਹੜੀਆਂ ਛੁੱਟੀ ਮਨਾਉਣ ਆਪਣਾ ਜਿਹੜਾ ਉਹਨਾਂ ਦਾ ਜਵਾਈ ਸੀ ਇੱਕ ਜਿਹੜੀ ਉੱਥੇ ਬੇਸ ਹੈਗਾ ਆ ਫੋਰਟ ਡਰਮ ਮਿਲਟਰੀ ਬੇਸ ਅਪਸਟੇਕ ਨਿਊਯਾਰਕ ਦੇ ਵਿੱਚ ਉੱਥੇ ਉਹਨੂੰ ਮਿਲਣ ਗਏ ਤਾਂ ਕਿ ਆਪਾਂ ਛੁੱਟੀ ਵੀ ਮਨਾਈਏ ਅਤੇ ਜਦੋਂ ਉਹਨਾਂ ਨੇ ਆਪਣੀ ਆਈ ਡੀ ਪੇਸ਼ ਕੀਤੀ ਜਿਹੜੀ ਉਹਨਾਂ ਦੇ ਕੋਲ ਆਈ ਡੀ ਸੀ ਉਹ ਨਿਊਯਾਰਕ ਸਟੇਟ ਦੀ ਆਈ ਡੀ ਸੀਗੀ ਨਿਊਯਾਰਕ ਸਟੇਟ ਜਿਹੜੀ ਆ ਉਹ ਕਹਿੰਦੇ ਵਿਦਾਊਟ ਇਮੀਗ੍ਰੇਸ਼ਨ ਸਟੈਟਸ ਤੋਂ ਤੁਹਾਨੂੰ ਆਈ ਡੀ ਦੇ ਦਿੰਦੀ ਆ ਜਿੱਦਾਂ ਕੈਲੀਫੋਰਨੀਆ 'ਚ ਵੀ ਤੁਸੀਂ ਡਰਾਈਵਿੰਗ ਲਾਇਸੈਂਸ ਲੈ ਸਕਦੇ ਆ ਚਾਹੇ ਤੁਸੀਂ ਇੱਥੇ ਲੀਗਲ ਆ ਜਾਂ ਨਹੀਂ ਅਤੇ ਕਹਿੰਦੇ ਵੀ ਉਹ ਆਈ ਡੀ ਪਹਿਲਾਂ ਵੀ ਜਾਂਦੇ ਰਹੇ ਉਹ ਆਈ ਡੀ ਦਿਖਾ ਕੇ ਪਰ ਇਸ ਵਾਰੀ ਕੀ ਹੋਇਆ ਜਦੋਂ ਉਹਨਾਂ ਨੇ ਆਈ ਡੀ ਪੇਸ਼ ਕੀਤੀ ਉਸ ਤੋਂ ਥੋੜ੍ਹੇ ਸਮੇਂ ਬਾਅਦ ਹੀ ਜਿਹੜੇ ਆ ਉੱਥੇ ਦਾ ਮਿਲਟਰੀ ਬੇਸ ਆ ਉਹਨਾਂ ਨੇ ਆਈਸ ਵਾਲਿਆਂ ਨੂੰ ਸੱਦ ਲਿਆ ਅਤੇ ਉਹਨਾਂ ਨੂੰ ਚੁਕਾ ਦਿੱਤਾ ਸੋ ਹੁਣ ਇਹ ਖਬਰ ਬੜੀ ਜਾ ਰਹੀ ਆ ਵੀ ਕਿਸ ਤਰ੍ਹਾਂ ਦੇਖੋ ਵੀ ਪੇਰੈਂਟਸ ਇੱਕ ਬੱਚੇ ਨੂੰ ਵੀ ਆਪਣੇ ਨੂੰ ਮਿਲਣ ਗਏ ਹੈਗੇ ਆ ਅਤੇ ਉਹ ਵੀ ਜਿਹੜਾ ਆਰਮੀ ਦੇ ਲਈ ਕੰਮ ਕਰਦਾ ਆ ਅਤੇ ਉਹਨਾਂ ਨੂੰ ਜਿਹੜਾ ਆ ਫਿਰ ਆਈਸ ਦੇ ਕੋਲ ਚੁਕਾ ਦਿੱਤਾ ਗਿਆ ਜੀ ਅਤੇ ਇਹੀ ਨਹੀਂ ਹਰਜੋਤ ਸਿੰਘ ਜੀ ਤੁਸੀਂ ਆਰਮੀ ਵਾਲਿਆਂ ਦੀ ਗੱਲ ਕੀਤੀ ਇੱਕ ਪਿਛਲੇ ਦਿਨਾਂ ਦੇ ਵਿੱਚ ਖਬਰ ਜਿਹੜੀ ਆ ਉਹ ਬੜੀ ਚਰਚਾ ਦਾ ਵਿਸ਼ਾ ਬਣੀ ਸੀ ਵੀ ਕਹਿੰਦੇ ਵੀ ਬਹੁਤ ਸਾਰੇ ਜਿਹੜੇ ਇਮੀਗ੍ਰੈਂਟਸ ਜਿਹੜੇ ਕਿ ਅਮਰੀਕਨ ਆਰਮੀ ਨੂੰ ਜੁਆਇਨ ਕਰਦੇ ਆ ਵੀ ਉਹਨਾਂ ਨੂੰ ਇੱਥੇ ਲੀਗਲ ਸਟੇਟਸ ਜਿਹੜਾ ਮਿਲ ਜਾਊਗਾ ਇੱਥੇ ਉਹ ਪੱਕੇ ਹੋ ਜਾਣਗੇ ਆਈਦਰ ਗ੍ਰੀਨ ਕਾਰਡ ਹੋਲਡਰ ਜਾਂ ਸਿਟੀਜ਼ਨਸ਼ਿਪ ਜਿਹੜੀ ਉਹਨਾਂ ਨੂੰ ਮਿਲ ਜਾਊਗੀ ਪਰ ਕਹਿੰਦੇ ਕਈ ਜਿਹੜੀਆਂ ਰਿਪੋਰਟਾਂ ਦੇ ਅਨੁਸਾਰ ਇਹ ਗੱਲਾਂ ਜਿਹੜੀਆਂ ਸਾਹਮਣੇ ਆ ਰਹੀਆਂ ਆ ਵੀ ਬਹੁਤ ਸਾਰੇ ਅਜਿਹੇ ਜਿਹੜੇ ਇਮੀਗ੍ਰੈਂਟ ਜਿਹੜੇ ਵੈਟਰਨਸ ਆਪਾਂ ਕਹਿ ਸਕਦੇ ਹਾਂ ਉਹਨਾਂ ਦੇ ਜਿਹੜੇ ਕਰੈਕਟਰ ਨੂੰ ਲੈ ਕੇ ਕੁਛ ਅਜਿਹਾ ਉਹਨਾਂ ਨੂੰ ਉਸ ਤਰੀਕੇ ਨਾਲ ਆਰਮੀ 'ਚੋਂ ਕੱਢਿਆ ਜਾ ਰਿਹਾ ਆ ਵੀ ਬਾਅਦ ਦੇ ਵਿੱਚ ਉਹਨਾਂ ਨੂੰ ਜਿਹੜੀ ਸਿਟੀਜ਼ਨਸ਼ਿਪ ਜਿਹੜੀ ਆ ਉਹ ਨਾ ਮਿਲ ਸਕੇ ਇੱਕ ਤਾਂ ਉਹ ਆਪਣੀ ਜਾਨ ਜਿਹੜੀ ਆ ਇਸ ਮੁਲਕ ਦੇ ਲਈ ਦਾਅ ਤੇ ਲਾ ਰਹੇ ਆ ਵੱਖ ਵੱਖ ਜਗ੍ਹਾ ਦੇ ਉੱਤੇ ਜਿਹੜੀ ਉਹ ਜਾ ਕੇ ਅਤੇ ਬਾਅਦ ਦੇ ਵਿੱਚ ਜੇ ਆਰਮੀ ਇੱਦਾਂ ਕਰ ਰਹੀ ਆ ਤਾਂ ਇਹ ਬਹੁਤ ਮੰਦਭਾਗੀ ਗੱਲ ਆ ਬਹੁਤ ਜਿਹੜੀ ਇਹ ਮਾੜੀ ਖਬਰ ਆ ਵੀ ਇੱਦਾਂ ਆਈ ਥਿੰਕ ਹੋਣਾ ਨਹੀਂ ਚਾਹੀਦਾ ਜੀ ਅਤੇ ਅਗਲੀ ਖਬਰ ਜਿਹੜੀ ਆ ਰਿਚਮੰਡ ਕੈਲੀਫੋਰਨੀਆ ਤੋਂ ਆ ਰਹੀ ਆ ਰਿਚਮੰਡ ਕੈਲੀਫੋਰਨੀਆ ਦੇ ਵਿੱਚ ਇੱਕ ਜੇਲ੍ਹ ਹੈਗੀ ਆ ਡਿਟੈਂਸ਼ਨ ਫੈਸਿਲਿਟੀ ਹੈਗੀ ਆ ਵੈਸਟ ਕਾਉਂਟੀ ਡਿਟੈਂਸ਼ਨ ਫੈਸਿਲਿਟੀ ਜਿਹੜੀ ਉੱਥੇ ਜਿਹੜਾ ਇੱਕ ਤਰ੍ਹਾਂ ਨਾਲ ਗੱਲ ਚੱਲ ਰਹੀ ਸੀ ਵੀ ਜਿਹੜੇ ਇਲੀਗਲ ਲੋਕ ਹੈਗੇ ਆ ਉਹਨਾਂ ਨੂੰ ਰੱਖਿਆ ਜਾਊਗਾ ਪਰ ਪਿੱਛੇ ਜਿਹੇ ਪ੍ਰੋਟੈਸਟ ਅਤੇ ਕਾਫੀ ਰੈਲੀਜ਼ ਹੋਈਆਂ ਹੈਗੀਆਂ ਉਹਨਾਂ ਤੋਂ ਬਾਅਦ ਜਿਹੜੇ ਕੰਟਰਾਕੋਸਟਾ ਕਾਉਂਟੀ ਦੇ ਸ਼ੈਰਿਫ ਆਫਿਸ ਆ ਉਹਨਾਂ ਨੇ ਕਹਿੰਦੇ ਵੀ ਅੱਜ ਹੋਪਫੁਲੀ ਅੱਜ ਅਨਾਊਂਸ ਕਰ ਦਊਗੇ ਵੀ ਅਸੀਂ ਜਿਹੜਾ ਕਿਸੇ ਤਰ੍ਹਾਂ ਦਾ ਵੀ ਜਿਹੜਾ ਸਾਡਾ ਡਿਟੈਂਸ਼ਨ ਫੈਸਿਲਿਟੀ ਦਾ ਕੰਟਰੈਕਟ ਆ ਫੈਡਰਲ ਗਵਰਨਮੈਂਟ ਦੇ ਨਾਲ ਉਹਨੂੰ ਕੈਂਸਲ ਕਰਨ ਜਾ ਰਹੇ ਹਾਂ ਅਤੇ ਅਸੀਂ ਕੋਈ ਵੀ ਜਿਹੜਾ ਅਨਡਾਕੂਮੈਂਟਡ ਬੰਦਾ ਆ ਫੈਡਰਲ ਗਵਰਨਮੈਂਟ ਅਗਰ ਫੜ ਕੇ ਲਿਆਉਂਦੀ ਆ ਆਈਸ ਵਾਲੇ ਉਹਨਾਂ ਨੂੰ ਅਸੀਂ ਇੱਥੇ ਨਹੀਂ ਰੱਖਾਂਗੇ ਜੀ 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 ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਖਬਰ ਆ ਇਹ ਜਿਹੜੀ ਕਹਿ ਸਕਦੇ ਗੁੰਮਸ਼ੁਦਾ ਦੀ ਤਲਾਸ਼ ਦੇ ਲਈ ਆ ਯੂਨੀਅਨ ਸਿਟੀ ਦਾ ਨਿਵਾਸੀ ਗੁਰਦੀਪ ਸਿੰਘ ਧਾਲੀਵਾਲ ਉਰਫ ਟੋਨੀ ਜਾਂ ਦੀਪਾ ਵੀ ਉਸਦਾ ਨਾਮ ਆ ਉਮਰ 55 ਸਾਲ ਕੱਦ 5 ਫੁੱਟ 11 ਇੰਚ ਆ ਅਤੇ ਕਹਿੰਦਾ ਜਿਹੜਾ ਕਿ ਪਿਛਲੇ ਸੋਮਵਾਰ ਤੋਂ ਜਿਹੜਾ ਲਾਪਤਾ ਉਹ ਦੱਸੇ ਜਾ ਰਹੇ ਆ ਕਹਿੰਦੇ ਵੀ ਉਹਨਾਂ ਨੂੰ ਅਖੀਰਲੀ ਵਾਰੀ ਸੋਮਵਾਰ ਨੂੰ ਦੁਪਹਿਰ 1:30 ਵਜੇ ਕਰੀਬ ਜਿਹੜੇ 164 ਅਤੇ ਫੁੱਟ ਹਿੱਲ ਸਟਰੀਟ ਦੇ ਲਾਗੇ ਜਿਹੜਾ ਆ ਉਹ ਦੇਖਿਆ ਗਿਆ ਸੀਗਾ
ਫਰੂਟਵੇਲ ਜਿਹੜਾ ਬਾਰਟ ਸਟੇਸ਼ਨ ਓਕਲੈਂਡ ਦੇ ਲਾਗੇ ਜਿਹੜਾ ਆ ਉਸ ਨੂੰ ਬਾਅਦ ਦੇ ਵਿੱਚ ਦੁਬਾਰਾ ਜਿਹੜਾ ਦੇਖਿਆ ਗਿਆ ਸੀ ਅਤੇ ਕਿਹਾ ਜਾ ਰਿਹਾ ਵੀ ਉਹ ਦਿਮਾਗੀ ਤੌਰ 'ਤੇ ਪਰੇਸ਼ਾਨ ਆ, ਦਿਮਾਗੀ ਪਰੇਸ਼ਾਨੀ ਦਾ ਜਿਹੜਾ ਉਹ ਸ਼ਿਕਾਰ ਆ ਅਤੇ ਉਹ ਇਸ ਟਾਈਮ ਜਿਹੜਾ ਉਹ ਲਾਪਤਾ ਹੈਗਾ ਆ। ਉਹਦਾ ਪਿਛਲਾ ਪਿੰਡ ਰੌਕੇ ਕਲਾਂ ਜ਼ਿਲ੍ਹਾ ਮੋਗਾ ਆ ਅਤੇ ਉਹਦੇ ਉਹਨਾਂ ਦੇ ਪਿਤਾ ਦਾ ਜਿਹੜਾ ਨਾਮ ਆ ਉਜਾਗਰ ਸਿੰਘ ਆ। ਵੀ ਕਹਿੰਦੇ ਜੇ ਕਿਸੇ ਨੂੰ ਵੀ ਗੁਰਦੀਪ ਸਿੰਘ ਧਾਲੀਵਾਲ ਦੇ ਸੰਬੰਧਿਤ ਕੋਈ ਵੀ ਜਾਣਕਾਰੀ ਹੋਵੇ ਸੋ 5'11" ਜਿਹੜਾ ਆ ਇਹ ਹੈਗਾ ਆ, ਜਿਹੜਾ ਸਿਰ 'ਤੇ ਜਿਹੜਾ ਕਟਿੰਗ ਵਾਲਾ ਹੈਗਾ ਆ ਅਤੇ ਦਿਮਾਗੀ ਤੌਰ 'ਤੇ ਥੋੜ੍ਹਾ ਪਰੇਸ਼ਾਨ ਆ ਅਤੇ ਫਰੂਟਵੇਲ ਸਟੇਸ਼ਨ ਦੇ ਲਾਗੇ ਬਾਰਟ ਸਟੇਸ਼ਨ ਦੇ ਲਾਗੇ ਅਖੀਰਲੀ ਵਾਰੀ ਜਿਹੜਾ ਉਸਨੂੰ ਦੇਖਿਆ ਗਿਆ ਸੀਗਾ। ਸੋ ਜੋ ਕਿਸੇ ਨੂੰ ਵੀ ਕੋਈ ਜਾਣਕਾਰੀ ਮਿਲਦੀ ਆ ਜਾਂ ਕਿਸੇ ਨੂੰ ਪਤਾ ਲੱਗਦੀ ਹੈ, ਸੂਹ ਲੱਗਦੀ ਆ ਇਸ ਗੁੰਮਸ਼ੁਦਾ ਬੰਦੇ ਦੀ, ਤਾਂ ਕਹਿੰਦੇ ਕਿਰਪਾ ਕਰਕੇ ਜਿਹੜੇ ਮਨਜੀਤ ਸਿੰਘ ਗਿੱਲ ਹੋਣਾ ਨੂੰ 510-750-5024 ਜਾਂ ਜਗਜੀਤ ਸਿੰਘ ਨੂੰ 510-750-8887 'ਤੇ ਜਿਹੜਾ ਆ ਉਹ ਤੁਸੀਂ ਕਾਲ ਕਰ ਸਕਦੇ ਹੋ। ਜੇ ਕਿਸੇ ਨੂੰ ਨੰਬਰ ਨਹੀਂ ਯਾਦ ਰਹੇ ਤਾਂ ਤੁਸੀਂ ਸਾਡੇ ਸਟੂਡੀਓ 'ਚੋਂ ਕਾਲ ਕਰਕੇ ਜਿਹੜਾ ਨੰਬਰ ਆ ਉਹ ਵੀ ਤੁਸੀਂ ਲੈ ਸਕਦੇ ਹੋ ਅਤੇ ਜਲਦੀ ਫੇਸਬੁੱਕ ਦੇ ਉੱਤੇ ਆਪਾਂ ਤਸਵੀਰ ਜਿਹੜੀ ਉਹਨਾਂ ਦੀ ਆਪਾਂ ਪਾਉਣ ਜਾ ਰਹੇ ਹਾਂ ਤਾਂ ਜੋ ਜਿੰਨੇ ਸਰੋਤੇ ਉਹ ਦੇਖ ਸਕਣ ਤਾਂ ਉਹ ਉਹਨਾਂ ਦੇ ਬਾਰੇ ਜੇ ਉਹਨਾਂ ਨੂੰ ਪਤਾ ਲੱਗਦਾ ਆ, ਜੇ ਕਿਸੇ ਨੂੰ ਪਤਾ ਲੱਗੇ ਤਾਂ ਜ਼ਰੂਰ ਜਾਣਕਾਰੀ ਆ ਉਹ ਸਾਨੂੰ ਦੇ ਦੇਣ ਵੀ ਪਰਿਵਾਰ ਦੇ ਨਾਲੋਂ ਜਿਹੜਾ ਬੰਦਾ ਵਿਛੜ ਗਿਆ ਆ, ਦੇਖੋ ਗੁੰਮਸ਼ੁਦਾ ਹੋਇਆ ਆ, ਪਤਾ ਨਹੀਂ ਕੀ ਪ੍ਰੋਬਲਮ ਹੋਊਗੀ ਵੀ ਉਹ ਸਹੀ ਸਲਾਮਤ ਜਿਹੜਾ ਮੁੜ ਕੇ ਵਾਪਸ ਬਿਮਾਰ ਵੀ ਹੋ ਸਕਦਾ। ਬਿਲਕੁਲ ਜੀ, ਬਿਲਕੁਲ ਜੀ, ਬਿਲਕੁਲ। ਸੋ ਸਰੋਤੇ ਸਾਡਾ ਸਮਾਂ ਜਿਹੜਾ ਬਿਲਕੁਲ ਸਮਾਪਤ ਹੋਣ ਵਾਲਾ ਅਤੇ ਜਾਂਦੇ ਜਾਂਦੇ ਆਪਾਂ ਖਬਰ ਸਾਂਝੀ ਕਰਦੇ ਜਾਈਏ। ਜਪਾਨ ਦੇ ਵਿੱਚ ਆਪਾਂ ਕੱਲ੍ਹ ਵੀ ਦੱਸਿਆ ਸੀ ਵੀ ਜਿਹੜਾ ਫਲੱਡ ਆ ਉਸ ਨੇ ਜਿਹੜੀ ਇੱਕ ਪੂਰੀ ਤਰ੍ਹਾਂ ਗਦਰ ਮਚਾਇਆ ਹੋਇਆ ਆ। ਹੁਣ ਤੱਕ 157 ਲੋਕਾਂ ਦੀਆਂ ਜਿਹੜੀਆਂ ਮੌਤਾਂ ਹੋ ਚੁੱਕੀਆਂ ਹੈਗੀਆਂ ਆ, 12 ਦੇ ਕਰੀਬ ਜਿਹੜੇ ਲੋਕ ਹੈਗੇ ਆ ਉਹ ਸਟਿਲ ਮਿਸਿੰਗ ਹੈਗੇ ਆ। ਯੂਜ਼ਲੀ ਕਹਿੰਦੇ ਜਿਹੜਾ ਮੀਂਹ ਹੁੰਦਾ ਆ ਉਹਦੇ ਨਾਲੋਂ 3 times ਜ਼ਿਆਦਾ ਜਿਹੜਾ ਮੀਂਹ ਉੱਥੇ ਪੈ ਰਿਹਾ ਹੈਗਾ ਅਤੇ 2 lakh ਤੋਂ ਵੱਧ ਲੋਕ ਜਿਹੜੇ ਆ ਪਾਣੀ ਤੋਂ ਬਿਨਾਂ ਜੀ ਰਹੇ ਹੈਗੇ ਆ। 2 million ਦੇ ਲੋਕ ਜਿਹੜੇ ਕਰੀਬ ਅਵੈਕੂਏਟ ਕੀਤੇ ਗਏ ਸੀ ਅਤੇ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਹੈਗੇ ਆ ਉਹ ਬਿਨਾਂ ਬਿਜਲੀ ਤੋਂ ਰਹਿ ਰਹੇ ਆ ਅਤੇ ਟੈਂਪਰੇਚਰ ਕਹਿੰਦੇ ਕਾਫੀ ਉੱਥੇ ਹਾਈ ਹੋ ਰਿਹਾ, 86 degrees ਫਾਰਨਹਾਈਟ ਆਲਮੋਸਟ 30 degrees ਸੈਲਸੀਅਸ ਜਿਹੜਾ ਟੈਂਪਰੇਚਰ ਆ ਉੱਥੇ ਹੋ ਰਿਹਾ। ਅਤੇ ਜਦੋਂ ਫਿਰ ਪਾਣੀ ਪੀਣ ਨੂੰ ਨਾ ਮਿਲੇ ਕਿਉਂਕਿ ਗੰਦਾ ਪਾਣੀ ਆ ਫਲੱਡ ਦਾ ਅਤੇ ਫਿਰ ਕਾਫੀ ਜਿਹੜੀ ਆ ਸਿਹਤ ਆ ਉਹਦੇ ਉੱਤੇ ਅਸਰ ਪੈ ਰਿਹਾ ਹੈਗਾ। ਜੀ ਜੀ ਬਿਲਕੁਲ। ਅਤੇ ਹਰਜੋਤ ਸਿੰਘ ਜੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਸਮਾਂ ਆ ਉਹ ਹੁਣ ਸਮਾਪਤ ਆ। ਮਿਲਾਂਗੇ ਆਪਾਂ ਆਪਣੇ ਸਾਰੇ ਹੀ ਸਰੋਤਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਰਨਵੀਰ ਸਿੰਘ ਨੂੰ ਅਤੇ ਮੈਨੂੰ ਹਰਜੋਤ ਸਿੰਘ ਖਾਲਸਾ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਹੀ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਾਂ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਜੀ ਹੁੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।